ਇੱਕ ਵਾਰ ਕੈਮਰੇ ਸਾਹਮਣੇ ਸੱਚਾਈ ਦੱਸਿਓ ਕਿ ਯੂਟਿਊਬਰਾਂ ਕੋਲੇ ਕਿੰਨਾ ਕ ਪੈਸਾ ਕਿਹੜਾ ਖਜ਼ਾਨਾ ਐਸਾ ਹੁੰਦਾ ਜਿਹੜੇ ਉਹ ਕੁੱਥੀਆਂ ਮਹਿਲਦਾਨਾਂ ਦੇ ਵਿੱਚ ਬਣਾ ਲੈਂਦੇ।ਲਾਸੀ ਦੱਸ ਦਿੰਨੇ ਆ ਬਾਈ। 5 ਲੱਖ ਰੁਪਏ ਆਉਂਦੇ। ਬਾਈ ਪਹਿਲੀ ਵਾਰ ਸੁਣ ਲਓ ਕਿ ਯੂਟਿਊਬਰ ਦੀ ਇੱਕ ਬੰਦੇ ਦੀ ਕਮਾਈ ਇੱਕ ਮਹੀਨੇ ਦੀ ਕਮਾਈ। ਹਾਂ ਬਾਈ ਹਾਂ। ਇੱਕ ਮਹੀਨੇ ਦੀ 5 ਲੱਖ ਰੁਪਇਆ ਕਮਾਈ ਆ। ਮਨੂੰ ਕਿਦਨੇ ਕੁੜੀ ਨੇ ਕਿ ਮੇਣਾ ਮਾਰਤਾ ਕਹਿੰਦੀ ਤੂੰ ਨੰਗ। ਕਹਿੰਦੀ ਤੂੰ ਸਿਰੇ ਦਾ ਨੰਗ ਹੈ। ਅੱਛਾ। ਨੰਗ ਮਾਪੀ ਦੀ ਬਾਈ ਮੇਰੇ ਪੱਲੇ ਦੱਲੇ ਕੁਛ ਹੈ ਹੀ ਨਹੀਂ ਸੀ। ਠੀਕ ਹੈ। ਮੈਂ ਤਾਂ ਚਾਹ ਵੀ ਨੂੰ ਪੈਸੇ ਨੂੰ ਨਹੀਂ ਕੋਈ ਮੈਂ ਅਕਸਰ ਨਾਮ ਲੈਣਾ ਉਹਨਾਂ ਦਾ ਉਹਦਾ ਨਾਮ ਹੈ ਕੌਰ ਬੁੱਟਰ ਅੱਛਾ ਮੇਰੀਆਂ ਫਿਲਮਾਂ ਦੀ ਪ੍ਰੋਡਿਊਸਰ ਵੀ ਉਹਨੂੰ ਜਿੰਨਾ ਖਰਚਾ ਕਰਦੀ ਸਾਰਾ ਕਰਦੀ ਆ ਉਹ ਕਰਦੀ ਆ ਅੱਛਾ ਅੱਜ ਵੀ ਹੋਈ ਐ ਠੀਕ ਐ ਤੇ ਫਿਰ ਬਸ ਉਹ ਕੁੜੀ ਨੂੰ ਐਨਾ ਐਪਰੀਸ਼ੀਏਟ ਕੀਤਾ ਗਿਆ ਫਿਰ ਚੱਲਣਾ ਬਤੰਜੁਰ ਕੇਂਦਰ ਕਹਿੰਦੇ ਸਾਰੇ ਹੋਰ ਅੱਛਾ ਫਿਰ ਸ਼ਰਮ ਹੀ ਨਹੀਂ ਮਹਿਸੂਸ ਹੋਈ ਕਦੇ ਆਉਂਦੀ ਸੀ ਭਾਈ ਪਰ ਸ਼ਰਮ ਵੀ ਆਉਂਦੀ ਸੀ ਦਿਮਾਗ ਦੇ ਵਿੱਚ ਨਾ ਸਾਲਾ ਜਿਹੜਾ ਨੰਗ ਵਾਲਾ ਮਹਿਣਾ ਸੀ ਇੱਥੇ ਬਾਈ ਦਾ ਸੀ ਨੰਗ ਵਾਲਾ ਮਹਿਣਾ ਧੋਣਾ ਸੀ ਮੈਨੂੰ ਯਾਰ ਕੀ ਦੱਸਾਂ ਮੇਰੀ ਮਾਂ 70 ਸਾਲ ਦੀ ਆ 70 ਸਾਲ ਦੀ ਆ ਮੇਰੀ ਮਾਂ ਨੂੰ ਲੋ ਕਰਵਾਣ ਦੇਦੇ ਜਦ ਸਾਡੇ ਘਰ ਚ ਨਾ ਇੰਨਾ ਨਾ ਪਾਣੀ ਵੜ ਜਾਂਦਾ ਬਈ ਗੋਡੇ-ਗੋਡੇ ਕਈ ਵਾਰ ਸੁੱਤੇ ਪਏ ਹੁੰਦੇ ਨਾ ਉੱਠ ਕੇ ਦੇਖਦੇ ਸੀ ਸਾਡੇ ਭੈ ਭਮੀ ਆ ਜਾਂਦਾ ਵੀ ਸਾਡੇ ਅੰਦਰ ਪਾਣੀ ਆ ਗਿਆ ਯਾਰ ਤੇ ਫਿਰ ਮੇਰੀ ਮਾਂ ਅੰਦਰ ਕੁੰਡੇ ਲਾਲਾ ਕਰਉਂਦੀ ਹੁੰਦੀ ਚੁਰੜੀਆਂ ਮੇਰੇ ਮਾਂ ਦੇ ਫੇਸ ਤੇ ਨੇ ਇਥੋਂ ਮੇਰੀ ਮਾਂ ਦੀ ਮੈਂ ਹੰਝੂ ਡੀ ਦੇ ਮਾਪੀ ਅਰਦਾਸ ਕੀਤੀ ਸੀ ਕਲੰਗਿਆਲੇ ਪਾਸ਼ਾ ਜੀ ਵੀ ਬਾਬਾ ਜਾਂ ਤਾਂ ਪਰਮਉਦੇ ਦੇ ਜਾਂ ਫਿਰ ਕਿਨਾਰੇਲਾ ਦੇ ਜਿਹੇ ਪਾਸੇ ਫਿਰ ਬਾਬੇ ਨੇ ਇੱਥੋਂ ਘੁੱਟ ਫਾਲਿਆ ਘੁੱਟ ਕੇ ਤੇ ਫਿਰ ਅੱਜ ਕੁਛ ਕਰ ਲ ਕੁਛ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ 60-70 ਲੱਖ ਦਾ ਘਰ ਵੀ ਐ ਤੇ ਗੱਡੀਆਂ ਗੁੱਡੀਆਂ ਸਭ ਕੁਝ ਆ ਵਜੋਂ ਪੜੇ ਲਿਖੇ ਹੁੰਦੇ باوجود ਵੀ ਸਾਨੂੰ ਨੌਕਰੀ ਨਹੀਂ ਮਿਲਦੀ ਯਾਰ ਜੇ ਮੈਂ ਸਪਰੇ ਵੀ ਕੇ ਮਰਦਾ ਸੀ ਯਾਰ ਫਿਰ ਮੇਰੀ ਮਾਂ ਨੂੰ ਕੌਣ ਪਾਲਦਾ ਯਾਰ ਕਿਉਂਕਿ ਮੇਰਾ ਬਾਪ ਤਾਂ ਪਹਿਲੀ ਮਰ ਗਿਆ ਦੀ ਤਿੰਨ ਭੈਣਾਂ ਨੇ ਬਾਈ ਮੇਰੀ ਜਿਹੜੀ ਮੇਨੂੰ ਸ਼ੁਰੂ ਤੋਂ ਪਹਿਲਾਂ ਟੀਮ ਬਣੀ ਸੀ ਹੂੰ ਦੋ ਵਾਰ ਟੀਮ ਬਣੀ ਅੱਛਾ ਦੋ ਵਾਰ ਟੁੱਟੀ ਇਹ ਪਿੰਡ ਦੇ ਸੀ ਹਾਂ ਪਹਿਲਾ ਪਿੰਡ ਦੇ ਸੀ ਅੱਛਾ ਕਿਉਂਕਿ ਤੋਂ ਪੈਸੇ ਨਹੀਂ ਹੁੰਦੇ ਸੀ ਠੀਕ ਆ ਤੋਂ ਦੋ ਦੋ 2000 ਰੁਪਏ ਆਇਆ ਕਰੇ ਹੂੰ ਉਹ ਕਿਹਾ ਕਰਨ ਵੀ ਪੈਸੇ ਤਾਂ ਨਹੀਂ ਹੁੰਦੇ ਨਾ ਕਰੇ ਤੇ ਦੋ ਚਾਰ ਹਜ਼ਾਰ ਹੀ ਵੰਡ ਲੈਣਾ ਹੁੰਦਾ ਸੀ ਬੰਦਿਆਂ ਵੀ ਕਿੱਥੇ ਲਾ ਪਹਿਲੀ ਲੱਗ ਜਾਈ ਸੀ ਤਾਂ ਅੱਛਾ ਹੂੰ ਤੇ ਮੇਰੇ ਨਾਲ ਮੁੰਡਾ ਹੁੰਦਾ ਤੂੰ ਦੇਖਿਆ ਉਸ ਨੂੰ ਅਕਸਰ ਹਰਮਨ ਹਰਮਨ ਹੂੰ ਜਿਹੜਾ ਕੈਮਰਾ ਚਲਾਉਂਦਾ ਜਬਾਗਦਾ ਪੜਦਾ ਉਹ ਅੱਛਾ ਤੇ ਸਕੂਲ ਦੀ ਫੀਸ ਵੀ ਲੈ ਕੇ ਮੈਨੂੰ ਦੇ ਦਿੰਦਾ ਸੀ ਯਾਰ। ਕੀ ਹੈਗਾ ਹੁਣ ਇੱਥੇ ਮੌਜੂਦ? ਹਾਂ। ਉਹ ਮੇਰੇ 24 ਗਾ ਸਕੂਲ ਦੀ ਫੀਸ ਯਾਰ ਜਵਾਕ 10ਵੀਂ ਪੜਦਾ ਏ, 12ਵੀਂ ਜਗ੍ਹਾ 10ਵੀਂ ਪੜਦਾ ਸੀ। ਮੈਨੂੰ ਕਹਿਆ ਕਿ ਸਕੂਲ ਦੀ ਫੀਸ ਬਾਈ ਬਾਅਦ ਚ ਭਰਾਂਗੇ, ਪਹਿਲਾਂ ਆਪਾਂ ਕੰਮ ਕਰੀਏ। ਆ ਬੈਠਿਆ ਉਹ। ਅੱਛਾ। ਜਿਹੜਾ ਮੈਂ ਸਕੂਲ ਦੀ ਫੀਸ ਵੀ ਲੈ ਕੇ ਦੇ ਦਿੰਦਾ ਸੀ। ਕਿਤੇ ਨਾ ਕਿਤੇ ਇਹ ਲਾਦੇ ਵਿੱਚ ਜਵਾਕ ਦੀ ਸਕੂਲ ਦੀ ਫੀਸ ਖਾਈ ਜਾਂਨੇ ਯਾਰ। ਮੇਰਾ ਤਾਂ ਭਵਿੱਖ ਕੀ ਬਣੂਗਾ? ਇਹ ਮੈਂ ਕਦੇ ਵੀ 네ਗਟਿਵ ਹੋ ਜਾਣਾ ਤੇ ਮੈਨੂੰ ਆਕੇ ਪੋਜ਼ਿਟਿਵ ਕਰ ਦੇ। ਸਾਰੇ ਬੰਦੇ ਬੈਠੇ ਕਹਿੰਦੇ ਕਹਿੰ ਤੇ ਮੁਰਤੀ ਗੱਲ ਖਤਮ ਹੋ ਗਈ ਬਈ ਕਹਿੰਦੇ ਅਸੀਂ ਤਾਂ ਕੰਮ ਹੀ ਨਹੀਂ ਕਰਦੇ ਮੈਂ ਤੁਹਾਡੇ ਨਾਲ ਹੀ ਆ ਮੇਰੇ ਨਾਲ ਵੀ ਹਾਂ ਕੰਮ ਹੀ ਨਹੀਂ ਕਰਦੇ ਸਾਰੇ ਕਹਿੰਦੇ ਵੀ ਅਸੀਂ ਨਹੀਂ ਕੰਮ ਕਰ ਤੂੰ ਚੈਨਲ ਚਲਾਉਣਾ ਚਲਾ ਲੈ ਕਿਉਂਕਿ ਪੈਸੇ ਤਾਂ ਆਉਂਦੇ ਨਹੀਂ ਸੀ ਤੇ ਇਹ ਬੰਦਾ ਕਹਿੰਦਾ ਸੀ ਕਹਿੰਦਾ ਬਈ ਕਰੇ ਨਾ ਕਰੇ ਕੋਈ ਮੈਂ ਅੱਜ ਫਿਰ ਸਾਰਾ ਕੁਝ ਇਹਦੀ ਹੈ ਮੇਰਾ ਜਾਮ ਧੱਕਾ ਤੇ ਕੱਲ ਨੂੰ ਅੱਜ ਮੈਂ ਕਿਤੇ ਗੁਰੂ ਮਾਰੀ ਕਿਰਪਾ ਨਾਲ ਮੈਂ ਬਾਹਰ ਜਾਣਾ ਤੇ ਮੇਰੇ ਤੋਂ ਪਹਿਲਾਂ ਜਹਾਜ਼ੇ ਬੈਠੂ ਆ ਇਹ ਸੋਚ ਹੈ ਤੇ ਹੁਣ ਇਹਨੂੰ ਪੜਾਈ ਦਾ ਕਿਹਾ ਵੀ ਪੜ ਲੈ ਜੋ ਤੈਨੂੰ ਕਰਨਾ ਕਰ ਲੈ ਜੋ ਤੂੰ ਪੜਨਾ ਹੈ ਪੜ ਲੈ ਜੋ ਤੇਰਾ ਦਿਲ ਕਰਦਾ ਕਰ ਲੈ ਖਰਚਾ ਸੀ ਕਰਨਾ ਪਤਾ ਜੇ ਇਹ ਅੰਦਰ ਪਾਣੀ ਵਰਦਾ ਸੀ ਹਰੇਕ ਮੈਨੂੰ ਆ ਕੇ ਕਹਿੰਦੀ ਜਨਾਨੀਆਂ ਆ ਕੇ ਬਰਜ ਖੜਕੇ ਕਹਿੰਦੀ ਸਰੋਵਰ ਬਣ ਗਿਆ ਨਹਾਉਣ ਵਾਲਾ ਬੇੜੇ ਚ ਜਦੋਂ ਮੀਂਹ ਪੈਂਦਾ ਪਾਣੀ ਆਉਂਦਾ ਨਾ ਅੰਦਰ ਕਹਿੰਦੇ ਸਰੋਵਰ ਬਣ ਗਿਆ ਨਹਾਉਣ ਵਾਲਾ ਮੈਂ ਕਹਿੰਦੀ ਕੋਈ ਨਾ ਪੈਣਾ ਲਾਂਗੇ ਠੀਕ ਹੈ ਜਦੋਂ ਫੇਰ ਕਹਿ ਦਿੰਦੀਆਂ ਮੱਛੀ ਫਾਰਮ ਹੋ ਗਿਆ ਤੁਹਾਡੇ ਤਾਂ ਅੰਦਰ ਫਿਰ ਵੀ ਕਹਿੰਦੇ ਠੀਕ ਹੈ ਭਾਈ ਪਰ ਆਪਾਂ ਨੇ ਕਿ ਸਰ ਮਾੜਾ ਚੰਗਾ ਨਹੀਂ ਬੋਲਿਆ ਤੀ ਕਦੇ ਵੀ ਪਰਮਾਤਮਾ ਤੂੰ ਹੀ ਸਾਡੀ लाज ਰੱਖੀ ਜੇ ਕਹਤੇ YouTube ਵਗੈਰਾ ਜਾਂ Facebook ਵਗੈਰਾ ਨਾ ਹੁੰਦਿਆ ਸੀ ਤਾਂ ਕਹਿੰਦੇ ਗੱਲ ਵੀ ਕਿਤਨੇ ਕਦੇ ਸੀ ਜਦੋਂ ਮਰ ਜਾਂਦੇ ਕਿਉਂਕਿ ਮੈਂ ਤਾਂ ਮੇਰੇ ਘਰ ਤੇ ਨਿਕ ਪਤੰਦੇ ਰਿਆ ਨਾ ਸੀ ਜਾਂ ਬਾਈ ਕਰ ਮੈਂ ਕਿਤੇ ਨਾ ਕਿਤੇ ਨਾਸ਼ੇ ਵਿੱਚ ਬੈਠਦਾ ਫਿਰ ਤੇ ਲੋਕ ਕਿਹਨੇ ਬਣਾਈ ਸੀ ਇਹ ਆਖਿਆ ਕਿਹਨੇ ਸੀ ਕਿ ਇਹ ਜੀ ਲੁੱਕ ਬਣਾਇਆ ਅੰਦਰ ਤੂੰ ਤੂੰ ਇਹ ਜੀ ਚੀਜ਼ ਲੱਗੇਗਾ ਬਿਲਕੁਲ ਅਸਲ ਕਰਤਾਰ ਲੱਗੇ ਸਾਡੇ ਪਿੰਡ ਦਾ ਹੀ ਬੰਦਾ ਇੱਕ ਯਾਰ ਇਹੀ ਸੇਮ ਕਾਪੀ ਜਮਾਈ ਟੱਟੋ ਹੀ ਹੈ ਅੱਛਾ ਇਹ ਵੀ ਕਾਪੀ ਚੱਕ ਲਈ ਫਿਰ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ ਅੱਜ ਨਾ ਭਾਗੂ ਨਾਲ ਮਲਾਵਾਂਗੇ ਮਾਲਦਾਰ ਛੜਾ ਦੇ ਬਹੁਤ ਸਾਰੇ ਪਾਰਟਸ ਤੁਸੀਂ ਦੇਖੇ ਹੋਣੇ ਜੱਟ ਵੀਟਰ ਰੈਕਡਸ ਚੈਨਲ ਦੇ ਉੱਤੇ ਤੇ ਬਹੁਤ ਸਾਰੇ ਸਵਾਲ ਵੀ ਤੁਹਾਡੇ ਮਨ 'ਚ ਹੁੰਦੇ ਹੋਣਗੇ ਜਦੋਂ ਦੇਖਦੇ ਹੋਵੋਗੇ ਉਹਨਾਂ ਦੇ ਪਾਰਟਸ ਤੇ ਅੱਜ ਮੇਰੇ ਨਾਲ ਭਾਗੂ ਸਿੰਘ ਮੌਜੂਦ ਹੈ ਜਿਹਨੂੰ ਮਾਲਦਾਰ ਛੜਾ ਦੇ ਵਿੱਚ ਬਹੁਤ ਪਿਆਰ ਦਿੰਨੇ ਹੋ ਪੂਰਾ ਨਾਮ ਇੰਦਰਜੀਤ ਸਿੰਘ ਹੈ ਵੀਰ ਦਾ ਮੇਰੇ ਨਾਲ ਮੌਜੂਦ ਨੇ ਪਹਿਲਾਂ ਤਾਂ ਭਾਗੂ ਭਾਈ ਸਤਿ ਸ਼੍ਰੀ ਅਕਾਲ ਠੀਕੋ ਸਸਰੀ ਗੱਲ ਭਾਈ ਠੀਕ ਹੁਣ ਜਮਾ ਠੀਕ ਠਾਕ ਅੱਛਾ ਤੇ ਰੋਟੀ ਖਾਂਦਿਆਂ ਨੂੰ ਅਸੀਂ ਛੇੜ ਲਿਆ ਕਿ ਰੋਟੀ ਖਾਂਦੇ ਖਾਂਦੇ ਦੀ ਇੰਟਰਵਿਊ ਕਰ ਲਈ ਰੋਟੀ ਖਾਈ ਜਾਂਦੀ ਸੀ ਅਸੀਂ ਆ ਗਏ ਤੇ ਗੱਲਬਾਤ ਕਰ ਲੈਨੇ ਆ ਪਹਿਲਾਂ ਤਾਂ ਮੈਨੂੰ ਇਹ ਦੱਸੋ ਨਾਮ ਕੀ ਆ ਅਸਲ ਕਿਸੇ ਨੂੰ ਪਤਾ ਹੀ ਹੈ ਨਹੀਂ ਕਿ ਨਾਮ ਕੀ ਹੈ ਨਾਮ ਹੁਣ ਮੇਰੀ ਦਾਦੀ ਵਾਲਾ ਦੱਸਣਾ ਹੈ ਕਿ ਮੇਰੇ ਯਾਰਾਂ ਦੋਸਤਾਂ ਦਾ ਦੱਸਾਂ ਦੋਨੇ ਦੱਸ ਦੋ ਮੇਰੀ ਦਾਦੀ ਦਾ ਮੈਨੂੰ ਭਾਈ ਕਹਿੰਦੀ ਪਿਆਰ ਨਾਲ ਇੰਦਰਜੀਤ ਸਿੰਘ ਇੰਦਰਜੀਤ ਸਿੰਘ ਠੀਕ ਹੈ ਜਿਹੜਾ ਮੈਨੂੰ ਹੀ ਵਧੇ ਰਗਦਾ ਸੀ ਅੱਛਾ ਹਾਂ ਤੇ ਫਿਰ ਦੂਜਾ ਨਾਮ ਕਿਹੜਾ ਯਾਰਾਂ ਦੋਸਤਾਂਾ ਬਸ ਉਹਨੇ ਬਚਾਲੋਂ ਵੱਡਤਾ ਇਕੱਲਾ ਇੰਦਰ ਰਹਿ ਗਿਆ ਇੰਦਰ ਰਹਿ ਗਿਆ ਤੇ ਫਿਰ ਭਾਗੂ ਨਾਮ ਕਿਵੇਂ ਪਿਆ ਭਾਗੂ ਦੇਸੀਆ ਨਾਮ ਹੈ ਫਿਲਮ ਵਾਲਾ ਅੱਛਾ ਇਹ ਮੁੰਡੇ ਕੋਲ ਨਾ ਕਹਿੰਦੇ ਨੂੰ ਭਾਗੂ ਕਿਹਾ ਕਰਾਂਗੇ ਮੈਂ ਕਹਾਂ ਚੱਲ ਕਹਿੰਦੇ ਕਰੋ ਭਾਈ ਭਾਈ ਲੱਗਦਾ ਕਿ ਲੋਕ ਤੁਹਾਨੂੰ ਭਾਗੂ ਨਾਲ ਨਾਮ ਨਾਲ ਜ਼ਿਆਦਾ ਜਾਣਦੇ ਐ ਇੰਦਰ ਨਾਲ ਘੱਟ ਜਾਣਦੇ ਹਾਂ ਹੋਰ ਹੁਣ ਹੂੰ ਜਿੱਥੇ ਅੰਮੀ ਅਗਲਾ ਕਹਿੰਦਾ ਭਾਗੂ ਕੀ ਖਾਲਾ ਭਾਈ ਅੱਛਾ ਮੈਂ ਕਹਿੰਦਾ ਠੀਕ ਆ ਭਾਈ अच्छा ते अंदर भाई जे आपा अ ਤੁਹਾਡੇ ਸ਼ੁਰੂਆਤ ਦੀ ਗੱਲ ਕਰੀਏ ਸ਼ੁਰੂਆਤ ਕਦੋਂ ਹੁੰਦੀ ਹੈ ਜੱਟ ਵੀ ਟ੍ਰੈਕਰਸ ਚੈਨਲ ਦੀ ਸ਼ੁਰੂਆਤ ਤਾਂ ਯਾਰ ਬਾਈ ਅਸੀਂ ਫਿਲਮ ਬਣਾਈ ਸੀ ਇੱਕ ਬਾਪੂ ਹਮ ਬਸ ਉਹ ਤੋਂ ਸ਼ੁਰੂਆਤ ਕੀਤੀ ਸੀ ਬਾਪੂ ਤੋਂ ਚੈਨਲ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਚੈਨਲ ਸ਼ੁਰੂਆਤ ਤਾਂ ਕਿਸੇ ਕੁੜੀ ਨੇ ਕਰਾਈ ਸੀ ਯਾਰ ਅੱਛਾ ਹਾਂ ਮੈਂ ਅਸੀਂ ਪੜਦੇ ਹੁੰਦੇ ਸੀ ਯਾਰ ਹਮ ਮਤਲਬ ਕਿ ਮੈਂ ਅਕਸਰ ਇਹ ਗੱਲਾਂ ਕਹਿਣਾ ਹੁੰਦਾ ਨਾ ਵੀ ਲੋਕ ਵੀ ਕਹਿਣਗੇ ਯਾਰ ਵੀ ਵਾਰ-ਵਾਰੋ ਇਹ ਗੱਲਾਂ ਛਿੜੀਦਾ ਪਰ ਉਸ ਹਕੀਕਤ ਹੈ ਅੱਛਾ ਹਕੀਕਤ ਕੀ ਹੈ ਮੈਂ ਕੋਈ ਆਪਣੀ ਜਾਈ ਅਸੀਂ ਪੜਦਿਆਂ ਜਾ ਸਰਕਲ ਜਾਰ ਦੋਸਤ ਕਿੱਥੇ ਪੜਦੇ ਹੁੰਦੇ ਚੰਡੀਗੜ੍ਹ ਅੱਛਾ ਮੈਂ ਯੂਨੀਵਰਸਿਟੀ ਪੜਿਆ ਰੱਖਿਆ ਵੀ ਹਾਂ ਐਮਏ ਕੀਤੀ ਹੈ ਬਈ ਅੱਛਾ ਕੀ ਬਾਤ ਹੈ ਬਈ ਅੱਜ ਪਹਿਲੀ ਵਾਰ ਦੱਸ ਰਿਹਾ ਭਾਗੂ ਸਿੰਘ ਪੜਿਆ ਹੋਇਆ ਹੈ ਚੰਡੀਗੜ੍ਹ ਉਹ ਵੀ ਮਾੜੇ ਮੋٹے ਸ਼ਹਿਰ ਚ ਨਹੀਂ ਹਨ ਤੇ ਉੱਥੇ ਕਿਸੇ ਕੁੜੀ ਨੇ ਭਈ ਮੈਂ ਉਹਦੇ ਘਰੋਂ ਮੇਰਾ ਘਰ ਠੀਕ ਠਾਕ ਜੀ ਸੀ ਉਹਨੂੰ ਉਹ ਮੈਂ ਜਮੀ ਠੀਕ ਠਾਕ ਜੀ ਸੀ ਮੈਨੂੰ ਕਿਸੇ ਨੇ ਕੁ ਤੇ ਮੇਰੀ ਇੱਕ ਬਹੁਤ ਪਿਆਰੀ ਦੋਸਤ ਸੀ ਯਾਰ ਜ਼ਰੂਰੀ ਨਹੀਂ ਹੁੰਦਾ ਵੀ ਦੋਸਤ ਹੋਣੇ ਗਰਲਫ੍ਰੈਂਡਾਂ ਹੁੰਦੀਆਂ ਨੇ ਜਾਂ ਕੋਈ ਸੱਚਾ ਵਧੀਆ ਦੋਸਤ ਇੱਕ ਕੁੜੀ ਵੀ ਹੋ ਸਕਦੀ ਹੈ ਜਿਹੜੇ ਉਹ ਮੁੰਡਿਆਂ ਦਾ ਫਰਜ਼ ਨਿਭਾਉਂਦੀ ਹੈ ਸਹੀ ਹੈ ਸਹੀ ਹੈ ਮੈਂ ਅਕਸਰ ਨਾਮ ਲੈਣਾ ਉਹਨਾਂ ਦਾ ਉਹਦਾ ਨਾਮ ਹੈ ਕੌਰ ਬੱਟਰ ਅੱਛਾ ਮੇਰੀਆਂ ਫਿਲਮਾਂ ਦੀ ਪ੍ਰੋਡਕਸਰ ਵੀ ਹਣੋ ਜਿੰਨਾ ਪੈ ਖਰਚਾ ਕਰਦੀ ਸਾਰਾ ਕਰਦੀ ਆ ਉਹ ਕਰਦੀ ਆ ਅੱਛਾ ਅੱਜ ਵੀ ਹੋਈ ਹੈ ਠੀਕ ਹੈ ਤੇ ਉਹ ਕੁੜੀ ਨੇ ਫਿਰ ਮੈਨੂੰ ਸੁਜੈਸਟ ਕੀਤਾ ਕਹਿੰਦੀ ਵੀ ਇਹਨਾਂ ਨੂੰ ਮਿਹਨਤ ਕੀ ਸੀ ਮਿਹਨਤ ਦਾ ਮਿਹਨਤ ਤਾਂ ਮੈਨੂੰ ਮਾਰੇ ਸੀ ਨੰਗਾ ਅੱਛਾ ਕਹਿੰਦੀ ਤੂੰ ਸਿਰੇ ਦਾ ਨੰਗ ਹੈ ਅੱਛਾ ਨੰਗ ਮੈਂ ਆਪੀ ਦੀ ਭਾਈ ਮੇਰੇ ਪੱਲੇ ਦੱਲੇ ਕੁਛ ਹੈ ਹੀ ਨਹੀਂ ਸੀ ਠੀਕ ਹੈ ਮੈਂ ਤਾਂ ਚਾਹ ਪੀਣ ਨੂੰ ਪੈਸੇ ਨਹੀਂ ਦਿੱਤੇ ਮੇਰੇ ਕੋਲ ਤਾਂ ਅੱਛਾ ਤੇ ਫਿਰ ਬਸ ਉਹ ਕੁੜੀ ਨੇ ਮੈਨੂੰ ਇੰਨਾ ਅਪਰੀਸ਼ੀਏਟ ਕੀਤਾ ਯਾਰ ਵੀ ਚੈਨਲ ਬਣਾ ਚੈਨਲ ਬਣਾ ਕੁਛ ਫਿਰ ਮੈਂ ਫਿਰ ਮੈਂ ਕੀ ਕਰਾਂਗਾ ਬੰਨ ਬਣਾ ਕੇ ਰੱਖ ਲਿਆ ਫਿਰ ਹੌਲੀ ਹੌਲੀ ਕਰਕੇ ਇੱਕ ਸਟੋਰੀ ਦਿਮਾਗ ਚ ਆਈ ਬਾਪੂ ਨਾਲ ਹਾਂ ਤੇ ਉਹ ਇੰਨਾ ਕਿ ਪਿਆਰ ਮਿਲਿਆ ਉਹਨੂੰ ਪਹਿਲੀ ਸਟੋਰੀ ਨੇ ਚੈਨਲ ਨੂੰ ਮੋਨਟਾਈਜ਼ ਕਰਤਾ ਅੱਛਾ ਰੁਪਈਏ ਆਉਣ ਲੱਗੇ ਬਸ ਫਿਰ ਉਸ ਤੋਂ ਬਾਅਦ ਅੱਜ ਕੁਛ ਕਰ ਲਓ ਕੁਛ ਹੂੰ ਫਰ ਸੱਟ ਲੀ ਹੋ ਗਿਆ ਅੱਛਾ ਤਾਂ ਤਾਰ ਜਿੱਤੇ ਹੋਰ ਲਾ ਦੇ ਯਾਰ ਇਹ ਤਾਰ ਤਾਂ ਲੱਗੇ ਰੋ ਬਈ ਸਾਰੀ ਇੰਟਰਵਿਊ ਚ ਮੈਂ ਰੋਟੀ ਖਾਣ ਲੱਗ ਪਿਆ ਅੱਛਾ ਤੇ ਇੰਦਰ ਭਾਈ ਕਿਵੇਂ ਘਰ ਦੇ ਵੱਲੋਂ ਸਹਿਯੋਗ ਮਿਲਦਾ ਪੂਰਾ ਹਾਂ ਬਈ ਮਿਲਦਾ ਸਹਿ ਪਹਿਲਾਂ ਨਹੀਂ ਮਿਲਦਾ ਸੀ ਪਹਿਲਾਂ ਨਹੀਂ ਮਿਲਦਾ ਪਹਿਲਾਂ ਆਪਣੇ ਪਿੰਡਾਂ ਚ ਆਮ ਗੱਲ ਹੁੰਦੀ ਹੈ ਕਹਿੰਦੇ ਹੁੰਦੇ ਕੰਜਰ ਪਾਉਣੇ ਵਾਲਾ ਕੰਮ ਆ ਕੰਜਰ ਕੀਤਾ ਇਹ ਤੂੰ ਕਿੱਥੇ ਵੜ ਗਿਆ ਇਹ ਕੰਮਾਂ ਚ ਮੇਰੇ ਅਸੀਂ ਇਹੋ ਜਿਹਾ ਸੁਣਨ ਨੂੰ ਕੁਛ ਗਾਲਾਂ ਕੱਢਦੇ ਬਈ ਸਾਰੇ ਅੱਛਾ ਹੋਰ ਕੀ ਕੀ ਕਹਿੰਦੇ ਸੀ ਬਕੰਜੁਰ ਕੇਂਦਰ ਕਹਿੰਦੇ ਸਾਰੇ ਹੋਰ ਅੱਛਾ ਫਿਰ ਸ਼ਰਮ ਹੀ ਨਹੀਂ ਮਹਿਸੂਸ ਹੋਈ ਕਦੇ ਆਉਂਦੀ ਸੀ ਬਾਈ ਪਰ ਸ਼ਰਮ ਵੀ ਆਉਂਦੀ ਸੀ ਆਉਂਦੀ ਸੀ ਪਰ ਕਿਤੇ ਨਾ ਕਿਤੇ ਕੁਝ ਬਨਣਾ ਸੀ ਅੱਛਾ ਦਿਮਾਗ ਦੇ ਵਿੱਚ ਨਾ ਉਹ ਸਾਲਾ ਜਿਹੜਾ ਨੰਗ ਵਾਲਾ ਮਹਿਣਾ ਸੀ ਹਮ ਇੱਥੇ ਬਾਈਦਾ ਸੀ ਢੋਣਾ ਸੀ ਉਹ ਹਾਂ ਕਿਆ ਬਾਤ ਨੰਗ ਵਾਲਾ ਮਹਿਣਾ ਢੋਣਾ ਸੀ ਅੱਛਾ ਹਾਂ ਤੇ ਮੈ ਯਰ ਕੀ ਦਸਾਂ ਮੇਰੀ ਮਾਂ 70 ਸਾਲ ਦੀ ਆ ਹਮ ਤੇ ਆ ਰੋਟੀਆਂ ਵੀ ਮੇਰੀ ਮਾਂ ਦੇ ਹੱਥੋਂ ਦੀ ਆ ਠੀਕ ਹੈ 70 ਸਾਲ ਦੀਆਂ ਮੇਰੀ ਮਾਂ ਨੂੰ ਲੋ ਕਰਵਾਉਂਦੇ ਤੇ ਠੀਕ ਹੈ ਹਾਂ ਮੇਰੀ ਮਾਂ ਨੂੰ ਮਲਕੀਆਂ ਲਾਲਾ ਵੀ ਸਾਡੇ ਸਾਰੇ ਰਿਸ਼ਤਦਾਰ ਜੀ ਕੋਈ ਆਫਸਰ ਸੀ ਕੋਈ ਕੋਸ਼ਤ ਸੀ ਕੋਈ ਕੋਸ਼ਤ ਸੀ ਹਣਾ ਜਦ ਸਾਡੇ ਘਰ ਚ ਨਾ ਇੰਨਾ ਨਾ ਪਾਣੀ ਵੜ ਜਾਂਦਾ ਬਈ ਗੋਡੇ-ਗੋਡੇ ਕਈ ਵਾਰ ਸੁੱਤੇ ਪਏ ਹੁੰਦੇ ਨਾ ਉੱਠ ਕੇ ਦੇਖਦੇ ਸੀ ਕਿ ਸਾਡੇ ਤਾਂ ਭੰਮੀ ਆ ਜਾਂਦਾ ਵੀ ਸਾਡੇ ਅੰਦਰ ਪਾਣੀ ਆ ਗਿਆ ਯਾਰ ਤੇ ਫਿਰ ਮੇਰੀ ਮਾਂ ਅੰਦਰ ਕੁੰਡੇ ਲਾਲਾ ਕਰਉਂਦੀ ਹੁੰਦੀ ਚੁਰੜੀਆਂ ਮੇਰੇ ਮਾਂ ਦੇ ਫੇਸ ਤੇ ਨੇ ਇੱਥੋਂ ਮੇਰੀ ਮਾਂ ਦੀ ਮੈਂ ਹੰਝੂ ਡਿਗਦੇ ਮੈਂ ਆਪ ਦੇਖੇ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਕਰੀ ਨਾ ਗੁਰੂ ਰਾਮਦਾਸ ਪਾਸ਼ਾ ਅੱਗੇ ਵੀ ਮਾਲਕਾ ਜੀ ਜਿੰਦਗੀ ਦਿੱਤੀਆਂ ਨਾ ਫਿਰ ਇਹਨੂੰ ਮੂੰਹ 'ਚ ਦਾਣੀ ਵੀ ਪਾਦੇ ਹੁਣ ਤੇ ਲੋਕਾਂ ਦੀ ਤਾਂ ਗੁਰੂ ਮਹਾਰਾਜ ਹੰਗਲ ਫੜਦਾ ਹੁੰਦਾ ਤਾਂ ਫਿਰ ਮੇਰਾ ਤਾਂ ਘੁੱਟ ਕੇ ਪਹੁੰਚਾ ਫੜਿਆ ਮੋਰ ਜੀ ਨੇ ਅਰਦਾਸ ਕੀਤੀ ਸੀ ਕਲਗਿਆਣੇ ਪਾਸ਼ਾ ਅੱਗੇ ਵੀ ਬਾਬਾ ਜਾਂ ਤਾਂ ਪਰਮੋਦੇ ਦੇ ਜਾਂ ਫਿਰ ਕਿਨਾਰੇ ਲਾ ਦੇ ਕਿਸੇ ਪਾਸੇ ਫਿਰ ਬਾਬੇ ਨੇ ਇੱਥੋਂ ਘੁੱਟ ਫਾਲਿਆ ਘੁੱਟ ਕੇ ਤੇ ਫਿਰ ਅੱਜ ਕੁਛ ਕਰ ਲ ਕੁਛ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ 60-70 ਲੱਖ ਦਾ ਘਰ ਵੀ ਐ ਤੇ ਗੱਡੀਆਂ ਗੁੱਡੀਆਂ ਸਭ ਕੁਛ ਆ ਬਾਈ ਹੁਣ। ਕਿਆ ਬਾਤ ਹੈ। ਯਾਰ ਪਹਿਲੀ ਵਾਰ ਮੇਰੇ ਖਿਆਲ ਨਾਲ ਤਾਂ ਬਈ ਪਹਿਲੀ ਵਾਰ ਇਹ ਸਟੋਰੀ ਦੱਸੀ ਹੋਊਗੀ ਹਨਾ ਤੁਸੀਂ ਕਹਿੰਦੇ ਸਮ। ਬਾਈ ਦੱਸ ਦੀ ਨਹੀਂ ਹਨਾ ਕੰਮ ਉਹ ਮੇਰੇ ਆਪ ਦੀਆਂ ਦਿਲ ਦੀਆਂ ਗੱਲਾਂ ਨੇ ਯਾਰ। ਮੇਰੇ ਅੱਜ ਵੀ ਸੱਚੀ ਦੱਸਾਂ ਮੇਰੀ ਮੇਰੀ ਮਾਂ ਦੀਆਂ ਨਾ ਉਹ ਮੈਂ ਹੰਝੂ ਦੇਖਦਾ। ਮੇਰੇ ਮੇਰੇ ਅੱਖਾਂ ਸਾਹਮਣੇ ਆ ਜਾਂਦੇ ਨੇ ਯਾਰ। ਅੱਛਾ ਹੋ ਮੈਨੂੰ ਦੇਖ ਨੰਗ ਕੇ ਆ ਕਿਸੇ ਬੰਦੇ ਨੇ ਨਾ ਮੇਰੀ ਮਾਂ ਨੂੰ ਕੀ ਕੁਝ ਕਿਹਾਊਗਾ। ਮਾਂ ਕਦੇ ਵੀ ਆਪਣੇ ਪੁੱਤ ਨੂੰ ਅਜਿਹੀ ਗੱਲਾਂ ਨਹੀਂ ਹੁੰਦਾ। ਜਦੋਂ ਲੋਕ ਬਾਈ ਤਾਨੇ ਮਾਰਦੇ ਸੀ ਮਿਹਨੇ ਮਾਰਦੇ ਸੀ ਕਿ ਥੋੜਾ ਮੁੰਡਾ ਘਰ ਚ ਕਿਤਾ ਉਪਰੋਂ ਗਰੀਬੀ ਆ ਉਪਰੋਂ ਤਾਂ ਨੇ ਮਿਹਣੇ ਮਾ ਮਾਪੇ ਨੂੰ ਮਰਨ ਤਾਂ ਫਿਰ ਮਾਂ ਨੇ ਕਦੇ ਤੁਹਾਡੇ ਅੱਗੇ ਆਖਿਆ ਨਹੀਂ ਜਕੇਂਦਰ ਇਹ ਕੰਮ ਤਾਂ ਫੜ ਜਾ ਤੂੰ ਕਿਉਂ ਇਹ ਲੋਕਾਂ ਅੱਗੇ ਮੇਰੀ ਬੇਇੱਜ਼ਤੀ ਕਰਾਉਣਾ ਜਾਂ ਸਾਡੇ ਘਰ ਦੀ ਨਹੀਂ ਮੇਰੀ ਮਾਂ ਤਾਂ ਕਹਿੰਦੀ ਸੀ ਕਹਿੰਦੀ ਕੋਈ ਆਲੇ ਲੱਗ ਜਾ ਪੁੱਤ ਕੰਮ ਕਰ ਲੈ ਕੋਈ ਤੇ ਸਾਡੀਆਂ ਉਹ ਗੰਦੀਆਂ ਸਰਕਾਰਾਂ ਬਈ ਹਨਾ ਪੜੇ ਲਿਖੇ ਹੋਣ ਦੇ ਬਾਵਜੂਦ ਬਈ ਸਾਨੂੰ ਨੌਕਰੀ ਨਹੀਂ ਮਿਲੀ ਯਾਰ ਜੇ ਮੈਂ ਸਪਰੇ ਵੀ ਕੇ ਮਰਦਾ ਸੀ ਯਾਰ ਫਿਰ ਮੇਰੀ ਮਾਂ ਨੂੰ ਕੌਣ ਪਾਲਦਾ ਯਾਰ ਕਿਉਂਕਿ ਮੇਰਾ ਬਾਪ ਤਾਂ ਪਹਿਲੀ ਮਰ ਗਿਆ ਸੀ ਤਿੰਨ ਭੈਣਾਂ ਨੇ ਬਈ ਮੇਰੇ ਕਿੰਨੇ ਕ ਸੀ ਉਦੋਂ ਜਦੋਂ ਪਿਤਾ ਜੀ ਦੀ ਮੌਤ ਹੋ ਛੋਟੇ ਛੋਟੇ ਸੀ ਬਈ ਐਦਾ ਹੈਗੀ ਦੀ ਸੁਰਤੀ ਯਾਰ ਵਧੀਆ ਦੀ ਫਿਰ ਮਾਂ ਨੇ ਪਾਲੇ ਸਾਰੇ ਹੋਰ ਕੀ ਬਈ ਫਿਰ ਜੇ ਮੈਂ ਕੋਈ ਖਾ ਕੇ ਮਰ ਜਾਂ ਤਾਂ ਫਿਰ ਮੇਰੀ ਮਾਂ ਕਿੱਧਰ ਜਾਂਦੀ ਯਾਰ ਅੱਛਾ ਫਿਰ ਉਹਦੇ ਕਰਕੇ ਵੀ ਮੈਂ ਆਖਿਆ ਵੀ ਲੋਕੋ ਜਿਹੜੇ 100 ਕੁੱਤਾ ਭੌਂਕਦਾ ਯਾਰ ਵੀ ਜੇ ਦੋ ਹੋਰ ਭੌਂਕ ਲੈਣ 102 ਹੋ ਜਾਣਗੇ ਕਿਆ ਬਾਤ ਠੀਕ ਆ ਵੀ ਭੌਂਕਣਾ ਤਾਂ ਭੰਕੀ ਜਾਣਾ ਯਾਰ ਆਪਾਂ ਉਹਦਾ ਕਿੱਤਾ ਕਰੀਏ ਕੰਮ ਕਰੀਏ ਅੱਜ ਅੱਜ ਉਹੀ ਲੋਕ ਉਹੀ ਰਿਸ਼ਤੇਦਾਰ ਉਹੀ ਸੱਜਣ ਵੇਲੇ ਪ੍ਰਾਊਡ ਫੀਲ ਕਰਦੇ ਨੇ। ਕੀ ਬਾਤ ਹੈ। ਜਣੀ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਹੈਗੀ ਇੰਦਰ ਨੇ ਹਣਾ? ਨਹੀਂ ਬਈ, ਪ੍ਰਵਾਹ ਕਰਾਂਗੇ ਫਿਰ ਮਰ ਜੰਦੇ ਬਈ। ਲੱਗਦਾ ਕਿ ਜੇ ਪ੍ਰਵਾਹ ਕਰ ਦਿੱਤਾ ਜੇ ਇੱਥੇ ਤੱਕ ਨਾ ਹੁੰਦੀ। ਹੂੰ। ਕੁਛ ਮਿੰਟ ਜੀ ਬਈ ਬਰਾਂ। ਜਿਹੜੇ ਅਕਸਰ ਕਿਹਾ ਜਾਂਦਾ ਵੀ ਚਾਰ ਬੰਦੇ ਕੀ ਕਹਿਣਗੇ? ਬਿਲਕੁਲ। ਮੈਨੂੰ ਹਜੇ ਤੱਕ ਕੋਈ ਚਾਰ ਬੰਦੇ ਨਹੀਂ ਮਿਲੇ। ਵੀ ਜਿਹੜੇ ਕਹਿਣਗੇ। ਹੂੰ। ਅਕਸਰ ਕਿਹਾ ਜਾਂਦਾ ਵੀ ਜੇ ਤੂੰ ਫਲਾਣੇ ਆ ਕੰਮ ਨਾ ਕਰੋ, ਇੱਥੇ ਮੈਂ ਕਿਹਾ ਕੰਮ ਨਾ ਕਰ। ਜੇ ਚਾਰ ਬੰਦੇ ਕੀ ਕਹਿਣਗੇ? ਉਹ ਚਾਰ ਬੰਦੇ ਕੌਣ ਨੇ ਹੂੰ ਚਾਰ ਬੰਦੇ ਆਪ ਹੀ ਆ ਉਹ ਆਪਣਾ ਮਨ ਹੈ ਕਿਆ ਬਾਤ ਹੈ ਚਾਰ ਬੰਦੇ ਕੋਈ ਨਹੀਂ ਉਹਨਾਂ ਦੇ ਆਪ ਦਾ ਮਨ ਹੈ ਅਕਸਰ ਗਵੰਡੀ ਦੀ ਰਿਸ਼ਤੇਦਾਰ ਦੀ ਇੱਕੋ ਹੀ ਸੋਚ ਹੁੰਦੀ ਹੈ ਵੀ ਮੇਰਾ ਪੁੱਤ ਪਟਵਾਰੀ ਲੱਗੇ ਮੇਰੇ ਸਾਹਮਣੇ ਸ਼੍ਰੀ ਕਾਲ ਦਾ ਪੁੱਤ ਉਹਦੋਂ ਥੱਲੇ ਰਹੇ ਉੱਤੇ ਨਾ ਜਾਵੇ ਠੀਕ ਹੈ ਫਿਰ ਉਹਦੀ ਚੀਜ਼ ਦੀ ਪਰਵਾਹ ਕਰੇ ਬਿਨਾ ਮਹਾ ਬਾਬਾ ਜਿਹੜਾ ਹੁਣ ਹੈਗਾ ਬਸ ਠੀਕ ਹੈ ਤਾਂ ਦਬਤੀ ਕੀ ਲਈ ਉਹਦੋਂ ਬਾਅਦ ਅੱਜ ਕੁਝ ਕਰਨ ਕੁਝ ਗੁਰੂ ਮਾਰੀ ਦੀ ਕਿਰਪਾ ਹੋ ਗਈ। ਕੀ ਬਾਤ ਹੈ। ਇੰਦਰ ਭਾਈ ਜਿਵੇਂ ਗੱਲਬਾਤ ਕਰਾਂ ਕਿ ਜਦੋਂ ਟੀਮ ਦੇ ਵਿੱਚ ਹੁੰਨੇ ਹੋ ਟੀਮ ਦੇ ਵਿੱਚ ਕਿਵੇਂ ਦਾ ਮਾਹੌਲ ਹੁੰਦਾ? ਕਿਵੇਂ ਰਹਿੰਦੇ ਹੋ ਫਿਰ? ਪੂਰਾ ਵਧੀਆ। ਹਾਸੇ-ਮਖੌਲ। ਅੱਛਾ। ਐਣ ਜਿਹੜੇ ਕੁੜੀਆਂ ਆਉਂਦੇ ਨੇ ਸਾਡੀਆਂ ਭੈਣਾਂ ਨੇ। ਅੱਛਾ। ਕੈਮਰੇ ਦੇ ਪਿੱਛੇ ਅਸੀਂ ਭੈਣ ਪਈਆਂ। ਅੱਛਾ। ਸਾਰੇ। ਠੀਕ ਹੈ। ਤੇ ਕੈਮਰੇ ਦੇ ਅੱਗੇ ਅਸੀਂ ਕੋਈ ਵੀ ਰਿਸ਼ਤਾ ਰੱਖਦੇ ਹੁੰਦੇ ਆ। ਇਹ ਇਹ ਫਿਰ ਬੰਦੇ ਇਕੱਠੇ ਕਿਵੇਂ ਕੀਤੇ ਕਿਉਂਕਿ ਇੱਕ ਤੁਸੀਂ ਇੱਥੇ ਰਹਿੰਦੇ ਹੋ ਕੋਈ ਕਿੱਥੋਂ ਦਾ ਰਹਿਣ ਵਾਲਾ ਤੁਹਾਡੀ ਟੀਮ ਦੇ ਵਿੱਚ ਕੋਈ ਕਿੱਥੋਂ ਦਾ ਰਹਿਣ ਵਾਲਾ ਇਹ ਸਵੱਬ ਕਿ ਜਦੋਂ ਇਹ ਮੇਰਾ ਸ਼ੁਰੂ ਤੋਂ ਪਹਿਲਾਂ ਟੀਮ ਬਣੀ ਸੀ ਹੂੰ ਦੋ ਵਾਰ ਟੀਮ ਬਣੀ ਅੱਛਾ ਦੋ ਵਾਰ ਟੁੱਟੀ ਇਹ ਪਿੰਡ ਦੇ ਸੀ ਹਾਂ ਪਹਿਲਾ ਪਿੰਡ ਦੇ ਸੀ ਅੱਛਾ ਕਿਉਂਕਿ ਉਦੋਂ ਪੈਸੇ ਨਹੀਂ ਆਉਂਦੇ ਸੀ ਠੀਕ ਆ ਉਦੋਂ ਦੋ 4000 ਰੁਪਏ ਆਇਆ ਕਰੇ ਹੂੰ ਤੇ ਕਿਆ ਕਰਨ ਵੀ ਪੈਸੇ ਤਾਂ ਆਉਂਦੀ ਨਹੀਂ ਹੁਣ ਕਰੇ ਵੀ ਦੋ 4000 ਹੀ ਵੰਡ ਲੈਣਾ ਹੁੰਦਾ ਸੀ ਬੰਦਿਆਂ ਵੀ ਕਿੱਥੇ ਲਾ ਪਹਿਲੀ ਲੱਗ ਜੰਸੀ ਤਾਂ ਅੱਛਾ ਹੂੰ ਤੇ ਮੇਰੇ ਨਾਲ ਮੁੰਡਾ ਹੁੰਦਾ ਤੂੰ ਦੇਖਿਆ ਉਸ ਨੂੰ ਅਕਸਰ ਹਰਮਨ ਹਰਮਨ ਹੂੰ ਤਾੜਾ ਕੈਮਰਾ ਚਲਾਉਂਦਾ ਜਬ ਆਗਦਾ ਪੜਦਾ ਉਹ ਅੱਛਾ ਤੇ ਸਕੂਲ ਦੀ ਫੀਸ ਵੀ ਲੈ ਕੇ ਮੈਨੂੰ ਦੇ ਦਿੰਦਾ ਸੀ ਯਾਰ। ਕੀ ਹੈਗਾ ਹੁਣ ਇੱਥੇ ਮੌਜੂਦ? ਹਾਂ। ਕੀ ਬਾਤ। ਉਮਰ 24 ਦਾ ਸਕੂਲ ਦੀ ਫੀਸ ਯਾਰ ਜਵਾਕ 10ਵੀਂ ਪੜਦਾ ਹੈ। ਪਾਰਮੀ ਜੀ 10ਵੀਂ ਪੜਦਾ ਦੀ। ਮੈਨੂੰ ਕਹਿਆ ਕਰ ਸਕੂਲ ਦੀ ਫੀਸ ਬਾਈ ਬਾਅਦ ਚ ਭਰਾਂਗੇ। ਪਹਿਲਾਂ ਆਪਾਂ ਕੰਮ ਕਰੀਏ। ਆ ਬੈਠਿਆ ਉਹ। ਅੱਛਾ। ਜਿਹੜਾ ਮੈਨੂੰ ਸਕੂਲ ਦੀ ਫੀਸ ਵੀ ਲੈ ਕੇ ਦੇ ਦਿੰਦਾ ਸੀ। ਕਿਤੇ ਨਾ ਕਿਤੇ ਇਹ ਲਾਦੇ ਵਿੱਚ ਜਵਾਕ ਦੀ ਸਕੂਲ ਦੀ ਫੀਸ ਖਾਈ ਜਾਂਦੇ ਯਾਰ। ਵੀ ਇਹਦਾ ਪੂ ਇੱਕ ਕੀ ਬਣੂਗਾ। ਅੱਛਾ। ਇਹਨੇ ਪਤਾ ਨਹੀਂ ਕਿਥੋਂ ਰੈਸਟ੍ਰੀਮੈਂਟ ਕਰਨੀ। ਕਿਥੋਂ ਪੈਸੇ ਲਿਓਣੇ ਯਾਰ ਸਕੂਲ ਦੀ ਕਈ ਵਾਰ ਸਕੂਲ ਆ ਬੰਦਾ ਕੱਲਾ ਇਹ ਉਮਰ ਨੇ ਦੇਖੋ ਜਵਾਕ ਦੀ ਨਹੀਂ ਉਮਰ ਘਟ ਹੈ جنੂਨ ਜਜਬਾ ਜਨੂਨ ਹੌਸਲਾ ਦੇ ਕਿੱਥੇ ਆਦਾ ਇਹ ਮੈਂ ਕਦੇ ਵੀ 네ਗੇਟਿਵ ਹੋ ਜਨਾ ਤੇ ਮੈਨੂੰ ਆਗੇ ਪੋਜ਼ਿਟਿਵ ਕਰਦਾ ਅੱਛਾ ਮੈਂ ਕਈ ਵਾਰ ਤਾਂ ਹੁੰਦਾ ਵੀ ਇਹਦੇ ਨਾਲ ਕੋਈ ਮੇਰਾ ਪੁਰਾਣਾ ਪੁਰਾਣਾ ਰਿਸ਼ਤਾ ਇਹ ਤਾਂ ਇਹ ਤਾਂ ਬਈ ਤੁਹਾਡੇ ਨਾਲ ਅੱਧੀ ਉਮਰ ਦਾ ਹੋਊਗਾ ਪਰ ਉਹੀ ਗੱਲ ਹੈ ਵੀ ਕਈ ਵਾਰ ਆਉਂਦਾ ਵੀ ਮਾਲਕ ਨੇ ਕੋਈ ਨਹੀਂ ਮੇਰਾ ਪੁਰਾਣਾ ਰਿਸ਼ਤਾ ਰੱਖਿਆ ਹੋਇਆ ਯਾਰ ਕੀ ਬਾਤ ਹੈ ਕਈ ਵਾਰ ਇਹ ਮੈਨੂੰ ਆਕੇ ਪੋਜ਼ਿਟਿਵ ਕਰਦਾ ਵੀ ਨਹੀਂ ਯਾਰ ਆਏ ਨਹੀਂ ਹੁੰਦਾ ਹਾਂ ਆਪੇ ਆਪਾਂ ਕਰਾਂਗੇ ਦੋ ਵਾਰ ਟੀਮ ਟੁੱਟੀ ਸਾਰੇ ਬੰਦੇ ਬੈਠੇ ਕਹਿੰਦੇ ਕਹਿੰਦੇ ਬਾਈ ਕੋਈ ਕਹਿੰਦਾ ਮੈਂ ਕੁਛ ਕਰ ਮੈਂ ਆਹ ਡਿਊਟੀਆਂ ਮੇਰੀ ਕਹਿੰਦਾ ਆਹ ਡਿਊਟੀ ਆਹ ਡਿਊਟੀ ਹੈ ਤੇ ਮੁਰਤੀ ਗੱਲ ਖਤਮ ਹੋ ਗਈ ਬਾਈ ਕਹਿੰਦੇ ਅਸੀਂ ਤਾਂ ਕੰਮ ਹੀ ਨਹੀਂ ਕਰਦੇ ਮੈਂ ਤੁਹਾਡੇ ਨਾਲ ਹੀ ਆ ਮੇਰੇ ਨਾਲ ਵੀ ਹਾਂ ਕੰਮ ਹੀ ਨਹੀਂ ਕਰਦੇ ਸਾਰੇ ਕਹਿੰਦੇ ਜਿਵੇਂ ਅਸੀਂ ਨਹੀਂ ਕੰਮ ਕਰ ਤੂੰ ਚੈਨਲ ਚਲਾਉਣਾ ਚਲਾ ਲੈ ਕਿਉਂਕਿ ਪੈਸੇ ਤਾਂ ਆਉਂਦੇ ਨਹੀਂ ਸੀ ਤੇ ਇਹ ਬੰਦਾ ਕਹਿੰਦਾ ਸੀ ਕਹਿੰਦਾ ਬਾਈ ਕਰੇ ਨਾ ਕਰੇ ਕੋਈ ਮੈਂ ਆ ਮੈਂ ਕਰੂੰਗਾ ਅੱਛਾ ਤੇ ਬਰਾਜ ਖੜਿਆ ਵੀ ਉੱਥੀ ਆ ਕੀ ਬਾਤ ਅੱਜ ਫਿਰ ਸਾਰਾ ਕੁਝ ਇਹਦੀ ਹੈ ਮੈਂ ਸ਼ਾਮ ਤੱਕ। ਤੇ ਕੱਲ ਨੂੰ ਅੱਜ ਮੈਂ ਕਿਤੇ ਗੁਰੂ ਮਾਰੀ ਕਿਰਪਾ ਨਾਲ ਮੈਂ ਬਾਹਰ ਜਾਣਾ ਤੇ ਮੇਰੇ ਤੋਂ ਪਹਿਲਾਂ ਜਹਾਜ਼ੇ ਬੈਠੂਗਾ। ਇਹ ਸੋਚ ਹੈ। ਤੇ ਹੁਣ ਇਹਨੂੰ ਪੜਾਈ ਦਾ ਕਿਹਾ ਵੀ ਪੜ ਲੈ। ਜੋ ਤਾ ਕਰਨਾ ਕਰ ਲੈ ਜੋ ਤੂੰ ਪੜਨਾ ਹੈ ਪੜ ਲੈ। ਜੋ ਤਰ੍ਹਾਂ ਦਿਲ ਕਰਦਾ ਕਰ ਲੈ। ਖਰਚਾ ਸੀ ਕਰਾਂਗਾ ਹੁਣ। ਹੈ ਹਾਂ। ਹੁਣ ਵਾਰੀ ਸਾਡੀ ਹੈ। ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਯਾਰ ਭਾਈ ਕਿ ਆਪ ਤੂੰ ਅੱਧੀ ਉਮਰ ਦਾ ਮੁੰਡਾ ਵੀ ਬਾਈ ਨੂੰ ਬਾ ਜਿਹੜਾ ਮੋਢੇ ਨਾਲ ਮੋਢਾ ਜੁੜ ਕੇ ਖੜਾ ਸੀ। ਬਾਈ ਜੀ ਮੈਂ ਗੱਲ ਕਰਾਂ ਕਿ ਜਿਵੇਂ ਹੁਣ ਇਹ ਦੇ ਘਰ ਦੇ ਨਹੀਂ ਫਿਰ ਕਹਿੰਦੇ ਸੀਗੇ ਯਾਰ ਕਿ ਇੰਦਰ ਦੇ ਨਾਲ ਲੱਗਿਆ ਹੋਇਆ ਤੂੰ ਇੰਦਰ ਕਹੇ ਜੇ ਕੰਮ ਕਰਦਾ ਤੂੰ ਇਹਦਾ ਸਾਥ ਕਿਉਂ ਦੇਣਾ ਕਹਿੰਦੇ ਸੀ ਬੜਾ ਉਹ ਕਹਿੰਦੇ ਸੀ ਕਹਿੰਦੇ ਸੀ ਲਾ ਬਹੁਤ ਘਰੇ ਕਿਹਾ ਕਹਿ ਕੇ ਗਿਆ ਕਰਨ ਨੂੰ ਇਹਦੇ ਮਾਪੇ ਨੂੰ ਕਿ ਕਿੱਥੇ ਪਾ ਘੜਦਾ ਮੁੰਡਾ ਵੀ ਇਹਨੂੰ ਸੱਜ ਦੇ ਕੰਮ ਲਾਓ ਵੀ ਇਹਦਾ ਲਫੈਂਡ ਆ ਮੈਨੂੰ ਲਫੈਂਡ ਕਹਿੰਦੇ ਸੀ ਅੱਛਾ ਲਫੈਂਡ ਆ ਇਹ ਆ ਬੋਹ ਹੈ ਹੁਣ ਇਹਦੀ ਮਾਂ ਵੀ ਸਾਥ ਦਿੰਦੀ ਆ ਇਹਦਾ ਪਿਓ ਵੀ ਸਾਥ ਦਿੰਦਾ ਅੱਛਾ ਹੂੰ ਪਹਿਲੀ ਗੱਲ ਮੈਂ ਸਾਥ ਕਿਉਂ ਹੁੰਦਾ ਮੈਂ ਤਾਂ ਇਹ ਮੰਨਿਆ ਵੀ ਘੱਟੋ ਘੱਟ ਨੌਜਵਾਨ ਯਾਰ ਮੁੰਡਾ ਨਸ਼ੇ ਦੀ ਦਲਦਲ ਚ ਤਾਂ ਨਹੀਂਗਾ ਬੇਲਾ ਰਹੂਗਾ ਬੇਲਾ ਮਨ ਕਹਿੰਦੇ ਨੇ ਸ਼ੈਤਾਨ ਦਾ ਘਰ ਬੇਲਾ ਰਹੂਗਾ ਕਿਸੇ ਲਫੰਗੇ ਬਦਰ ਰਲੂਗਾ ਨਸ਼ਾ ਦੇਖੂਗਾ ਨਸ਼ਾ ਖਾਣ ਸਿੱਖੂਗਾ ਹੁਣ ਇਹਦਾ ਫੋਕਸ ਕੰਮ ਕੰਮ ਤੇ ਆ। ਜੀ ਸਕੂਲ ਤੋਂ ਬਾਅਦ ਮੈਂ ਕੰਮ ਕਰਨਾ ਅੱਜ ਵੀ ਪਲੱਸ 2 ਚ ਪੜ੍ਹਦਾ। ਤੁਹਾਡੇ ਨਾਲ ਕੈਮਰੇ ਤੋਂ ਪਿੱਛੇ ਇਹੀ ਹੁੰਦਾ। ਇਹ ਮੁੰਡਾ ਕੈਮਰਾ ਚਲਾਉਂਦਾ। ਅੱਛਾ। ਕੀ ਬਾਤ ਹੈ ਕੀ ਬਾਤ ਹੈ। ਤੇ ਭਾਈ ਜੇ ਮੈਂ ਗੱਲ ਕਰਾਂ ਕਿ ਟੀਮਾਂ ਬਹੁਤ ਸਾਰੀਆਂ ਟੁੱਟੇ ਜਾਂਦੇ ਆ ਜਿਵੇਂ ਤੁਸੀਂ ਦੱਸਦੇ ਹੋ ਕਿ ਦੋ ਟੀਮਾਂ ਬਣ ਕੇ ਸਾਡੀਆਂ ਟੁੱਟੀਆਂ ਫਿਰ ਟੀਮ ਪੱਕੀ ਕਦੋਂ ਹੋਈ ਹੁਣ ਤਾਂ ਮੈਂ ਦੇਖਦਾ ਕਿ ਸਾਡੀ ਆਡੀਅנס ਹੀ ਦੇਖਦੀ ਹੈ ਜਿਹੜੇ ਤੁਹਾਡੇ ਕੋਲ ਪੱਕੇ ਫੇਸ ਨੇ ਉਹੀ ਰਹਿੰਦੇ ਆ ਹੋਰ ਕਿ ਨਵਾਂ ਵੱਧ ਘੱਟ ਐਡ ਕਰਦੇ ਹੋ ਤੇ ਹੁਣ ਉਹ ਫਿਰ ਪੱਕੇ ਕਰਨ ਦਾ ਕੋਈ ਤਰੀਕਾ ਲੱਭ ਗਿਆ ਕਿ ਇਹਨਾਂ ਨੂੰ ਇਕੱਠੇ ਕਿਵੇਂ ਕਰਕੇ ਰੱਖਣਾ ਜਿਹੜੀਆਂ ਪਹਿਲਾਂ ਗਲਤੀਆਂ ਹੋਈਆਂ ਉਹ ਸੁਧਾਰੀਆਂ ਸੀ ਹਾਂ ਭਾਈ ਕੁਛ ਨਾ ਕੁਛ ਗਲਤੀ ਹੁੰਦੀ ਵੱਡੀ ਗੱਲ ਤਾਂ ਪੈਸਾ ਹੈ ਭਾਈ ਯਾਰ ਜਦੋਂ ਪੈਸਾ ਆਉਣ ਲੱਗਿਆ ਫਿਰ ਕੋਈ ਨਹੀਂ ਟੁੱਟਦਾ ਠੀਕ ਹੈ ਕਿਉਂਕਿ ਅਗਲ ਨਾਲ ਦੀ ਮਿਹਨਤਾ ਮੁੱਲ ਮਿਲਣ ਲੱਗ ਜਾਂਦਾ ਅਗਲਾ ਕੰਮ ਟੁੱਟੂਗਾ ਸਾਡੀ ਟੀਮ ਜੁਨਿਟੀ ਉਦੋਂ ਬਣੀ ਜਦੋਂ ਸਾਡੇ ਚ ਜੱਸਾ ਆ ਗਿਆ ਅੱਛਾ ਜੱਸਾ ਆ ਗਿਆ ਜਿਹਾ ਸਾਡਾ ਵਧੀਆ ਸਿਸਟਮ ਹੈ ਅੱਜ ਵੀ ਸਾਡੇ ਨਾਲ ਹੈ ਹਨਾ ਜੋੜੀ ਵਧੀਆ ਲੱਗਦੀ ਥੋੜੀ ਹਨਾ ਹਾਂ ਮਾਲਕ ਜੀ ਸਾਹਿਬ ਮੇਰੇ ਜਿਹੀ ਜੋੜੀ ਨੂੰ ਬਹੁਤ ਪਸੰਦ ਕਰੇ ਲੋਕਾਂ ਨੇ ਹੂੰ ਤੇ ਜੱਸਾ ਵੀ ਉਹਦੇ ਜਵਾਕਾਂ ਵਰਗੇ ਬਸ ਜੱਸਾ ਕਿਹੜੇ ਪਿੰਡ ਦਾ ਨੇੜੇ ਦੇ ਹੀ ਆ ਜਾਂ ਇਹੀ ਪਿੰਡ ਦਾ ਨਾਲ ਲੱਗੇ ਪਿੰਡ ਦਾ ਹੁਣ ਤਾਂ ਇਹ ਸਾਡੇ ਘਰ ਦਾ ਹੀ ਹੈ ਅੱਛਾ ਰਹਿੰਦੇ ਹੋ ਰਿਆ ਅੱਛਾ ਇੱਥੇ ਰਹਿੰਦੇ ਆ ਤੇ ਫਿਰ ਜੱਸੇ ਨਾਲ ਕਿਵੇਂ ਸੰਬੰਧ ਬਣੇ ਸੀ ਕਿਵੇਂ ਨੇੜੇ ਆਇਆ ਤੁਹਾਡੇ ਜੱਸਾ ਕਿਵੇਂ ਫਰਮਾ ਦੇ ਵਿੱਚ ਲੈ ਕੇ ਆਏ ਉਹ ਕਿਸ ਵਬ ਸੀਗਾ ਸਭ ਤੋਂ ਪਹਿਲਾਂ ਜੱਸਾ ਆਇਆ ਸੀ ਟੀਮ ਦੇ ਵਿੱਚ ਉਹ ਟੀਮ ਟੁੱਟ ਗਈ ਸੀ ਥਰੂ ਇੱਕ ਬੰਦਾ ਹੋਰ ਆਇਆ ਸੀ ਪਹਿਲਾਂ ਅੱਛਾ ਮੈਂ ਉਹਨੂੰ ਕਿਹਾ ਯਾਰ ਵੀ ਦੋ ਤਿੰਨ ਬੰਦੇ ਲੋੜ ਆ ਵੀ ਬੰਦੇ ਲਿਆ ਸੋਨੇ ਬੰਦੇ ਨੇ ਕਹਿੰਦਾ ਇੱਕ ਮੁੰਡਾ ਯਾਰ ਬਾਈ ਨੇ ਉਹਨੂੰ ਵੀ ਲਿਆ ਮੈਂ ਨਿਕਲਿਆ ਯਾਰ ਉਹਨੇ ਲਿਆਂਦਾ ਉਹਨੇ ਇੱਕ ਕਿ ਡਾਇਲੋਗ ਬੋਲਿਆ ਕਿ ਬਸ ਇੱਕ ਡਾਇਲੋਗ ਸੀ ਵੱਡੀ ਗੱਲ ਇਹ ਵੀ ਆ ਵੀਰੇ ਦੱਸ ਸਮੇ ਸ਼ੁਰੂ ਨੂੰ ਜਸ ਸ਼ੁਰੂ ਚ ਜਸੇ ਨੂੰ ਮੈਂ ਪਤਾ ਕਿ ਮੇਰੇ ਬਿੱਤੇ ਸੀਗੇ 100 ਰੁਪਇਆ ਅੱਛਾ ਅੱਜ ਅੱਜ ਉਹਨੂੰ ਮੈਂ 15000 ਰੁਪਇਆ ਲੈ ਜਾਂਦਾ 20 ਵੀ ਲੈ ਜਾ 30 ਦਾ ਜਾ ਜਿੰਨੇ ਮਰਜ਼ੀ ਲੈ ਜਾ ਅੱਛਾ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਬਾਈ ਤੇ ਫਿਰ ਜਸਾ ਜਦੋਂ ਮਿਲਿਆ ਕਿਵੇਂ ਪਹਿਲਾ ਮੁਲਾਕਾਤ ਦਾ ਕੀ ਸਬਬ ਸੀਗਾ ਸੱਤ ਦਿਹਾਦੀ ਸਿੱਧੀ ਉੱਤੇ ਸੱਦੇ ਹੀ ਆ ਗਿਆ ਹੂੰ ਅੱਛਾ ਹੂੰ ਇੱਕ ਕਿਹੜਾ ਡਾਇਲੋਗ ਦੇਦਾ ਫਿਰ ਉਹਨੂੰ ਚ ਅੱਛਾ ਤਿੰਨ ਸਕਿੰਟ ਦਾ ਕੁਝ ਵੀ ਚਾਰਕ ਸਕਿੰਟ ਦਾ ਬੱਤ ਵਾਦ ਅੱਛਾ ਮੈਨੂੰ ਵਧੀਆ ਬੰਦਾ ਲੱਗਿਆ ਮੈਂ ਆ ਜਾ ਕਰੀ ਅਸੇ ਹੁਣ ਤੇ ਫਿਰ ਉਹ ਨਾਲ ਜੁੜ ਗਿਆ ਹਾਂ ਹੁਣ ਅਸਲ ਆ ਜੇ ਕਦੇ ਜੱਸਾ ਦੋ ਦਿਨ ਫੋਨ ਨਾ ਕਰੇ ਜਾਂ ਕਦੇ ਨਾ ਮਿਲੇ ਖਾਲੀ ਖਾਲੀ ਜਾਂ ਲੱਗੀ ਜਾਂਦਾ ਹੁੰਦਾ ਖੋ ਪੈਂਦੀ ਹੈ ਮੈਨੂੰ ਖੋ ਪੈਂਦੀ ਹੈ ਸਾਲੀ ਜੀ ਮੈਂ ਭੁੱਖ ਹੀ ਲੱਗਦੀ ਮੈਂ ਜੇ ਐ ਜੇ ਹੁੰਦਾ ਹਾਂ ਅੱਛਾ ਕੀ ਬਾਤ ਹੈ ਬਈ ਪਹਿਲੀ ਵਾਰ ਮੈਂ ਟੀਮ ਜਿਹੜੀ ਜੱਟ ਵੀ ਟਰੈਕਰਸ ਆ ਉਹਦੇ ਪਿੱਛੇ ਦਾ ਸੱਚ ਹੈ ਜਜ਼ਬਾਤ ਨੇ ਸ਼ਾਇਦ ਕਿਤੇ ਵੀ ਕਿਸੇ ਵੀ ਇੰਟਰਵਿਊ ਚ ਨਾ ਦੇਖੇ ਹੁਣ ਮੇਰੇ ਖਿਆਲ ਨਾਲ ਭਈ ਐ ਲੱਗਦਾ ਜਿਵੇਂ ਅੱਜ ਪਹਿਲੀ ਵਾਰ ਦਿਲ ਫਰੋਲਿਆ ਹੁੰਦਾ ਬਈ ਯਾਰ ਦਿਲ ਫਰੋਲਣ ਦੇ ਲੋਕ ਮਜ਼ਾਕ ਕਰਦੇ ਨੇ ਯਾਰ ਹਾਂ ਨਾਂ ਮੈਨੂੰ ਪੁੱਛ ਨਹੀਂ ਗਏ ਮੈਂ ਦੱਸ ਦਿੰਦਾ ਕਿਸ ਨੇ ਕਲਾ ਮੈਨੂੰ ਪੁੱਛੀ ਨਹੀਂ ਹੈਗੀ ਅੱਛਾ ਲੋਕ ਪੁੱਛਦੇ ਨੇ ਕਿੰਨੇ ਪੈਸੇ ਕਮਾਉਣੇ ਹੋ ਠੀਕ ਕਰਦੇ ਹਾਂ ਸ਼ੌਂਕੀ ਨੇ ਜਿਹੜਾ ਪੁੱਛਦਾ ਕੋ ਦੱਸ ਦਿੰਨੇ ਨੂੰ ਅੱਛਾ ਭਾਈ ਅੱਜ ਫਿਰ ਮਾਤਾ ਹੋਈ ਖੁਸ਼ ਨੇ ਕਿ ਜਿਹੜੇ ਕੰਮ ਤੋਂ ਰੋਕਦੀ ਸੀ ਉਹ ਕੰਮ ਦੇ ਕਰਕੇ ਅੱਜ ਜਿੰਦਾਂ ਨੂੰ ਸਲਾਮਾ ਹੁੰਦੀਆਂ ਨੇ ਉਹ ਕੰਮ ਦੇ ਸਰਸਰਤੀ ਅੱਜ ਬਹੁਤ ਵੱਡੇ ਘਰ ਵੀ ਪੈ ਗਏ ਬਹੁਤ ਵੱਡੇ ਮਹਿਲ ਵੀ ਪੈ ਗਏ ਜਿਹੜੇ ਸੁਪਨੇ ਸੀ ਉਹ ਵੀ ਪੂਰੇ ਕਰਦਾ ਮਨ ਹਰੇਕ ਬੰਦੇ ਦਾ ਮਾਪਾਪਾ ਖੁਸ਼ ਹੁੰਦਾ ਹੀ ਆ ਭਾਈ ਜਦੋਂ ਦਾ ਪੁੱਤ ਕੋਈ ਆਰੇ ਲੱਗ ਜੇ ਕੰਮ ਕਰਨ ਲੱਗ ਜੇ ਜਦੋਂ ਪੁੱਤ ਬੇਲਾ ਤੁਰੇ ਫਿਰੇ ਨਸ਼ਿਆਂ ਚ ਜਾਂ ਗਲਤ ਕੰਮ ਚ ਵੱਢ ਜੇ ਫਿਰ ਮਾਪਾ ਬੋ ਦਾ ਦਿਲ ਪੁੱਛਿੰਦਾ ਜਦੋਂ ਪੁੱਤ ਚੰਗੇ ਕੰਮ ਲੱਗ ਜੇ ਪੈਸਾ ਕਮਾਉਣ ਲੱਗ ਜੇ ਫਿਰ ਮਾਪਾ ਪਿਆਰ ਦੁੱਗਣਾ ਕਰਦੇ ਨੇ ਬਹੁਤ ਵੱਡੀ ਗੱਲ ਆ ਬਾਈ ਤੇ ਕਿਵੇਂ ਦਾ ਸਹਾਇਕ ਮਿਲਦਾ ਫਿਰ ਇੰਦਰ ਤੋਂ ਬਾਈ ਬਹੁਤ ਵਧੀਆ ਵੀ ਭਰਾ ਵਰਗਾ ਪਿਆਰ ਹੈ ਸਾਡਾ ਪੁੱਤ ਅੱਛਾ ਕਦੇ ਦਰਾਰ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕਿਸੇ ਨੇ ਵਿੱਚ ਕਦੇ ਵੀ ਨਹੀਂ ਹੋਇਆ ਅੱਛਾ ਤੇ ਬਈ ਜਿਹੜਾ ਕਰੈਕਟਰ ਹੈ ਕਰੈਕਟਰ ਇਹ ਨਖਰ ਕੇ ਕਿਵੇਂ ਆਇਆ ਸੋਚਿਆ ਕਿਵੇਂ ਕਿ ਇੱਕ ਭਾਗੂ ਨਾ ਦਾ ਕਰੈਕਟਰ ਇਨੀ ਕੋਦੀ ਉਮਰ ਹੋ ਐਸਾ ਉਹ ਪਰਣਾ ਬੰਦਾ ਹੋ ਐਸਾ ਉਹ ਆ ਦੇਖ ਲੋ ਹੱਥ ਚ ਘਟਾਸਾ ਰੱਖਦਾ ਹੋਊਗਾ ਤੇ ਇਹ ਲੁੱਕ ਕਿਹਨੇ ਬਣਾਈ ਸੀ ਇਹ ਅੱਖਾਂ ਕਿਹਨੇ ਸਿੱਕਿਆ ਇਹ ਜੀ ਲੁੱਕ ਬਣਾਇਆ ਅੰਦਰ ਤੂੰ ਤੂੰ ਇਹ ਜੀ ਚੀਜ਼ ਲੱਗੇਗਾ ਬਿਲਕੁਲ ਅਸਲ ਕਰਦਾਰ ਲੱਗੇ ਸਾਡੇ ਪਿੰਡ ਦਾ ਹੀ ਬੰਦਾ ਇੱਕ ਯਾਰ ਇਹੀ ਸੇਮ ਕਾਪੀ ਜਮਾਈ ਟੱਟੋ ਹੀ ਹੈ ਅੱਛਾ ਇਹ ਵੀ ਕਾਪੀ ਚੱਕ ਲਈ ਫਿਰ ਹਾਂ ਫਿਰ ਬਾਸ ਉਹ ਬਣਾਉਣੀ ਤਾਂ ਸੀ ਐਸਲ ਵਿੱਚ ਇੱਕ ਐਪੀਸੋਡ ਸੀ ਇਹ ਅੱਛਾ ਮਾਲਦਾਰ ਚੱਕ ਹਾਂ ਇੱਕ ਐਪੀਸੋਡ ਸੀ ਸਾਡੇ ਕੋਲੇ ਫਿਰ ਉਹ ਗਾਹਾਂ 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 ਗਾ ਜਦੋਂ ਵਧੀਆ ਲੱਗੀ ਆ ਲੋਕਾਂ ਨੂੰ ਗਾਹਾਂ ਗਾਹਾਂ ਗਾ ਅੱਜ 24 25 24 25 ਪਾਰਟ ਨੇ ਤੇ 100 ਪਾਰਟ ਇਹਦਾ ਕਿਆ ਬਾਤ ਹੈ 100 ਪਾਰਟ ਬਣਾਉਗੇ 100 ਪਾਰਟ ਹੋਗੇ ਤੇ ਫਿਰ ਭਾਈ ਇਹ ਜਿਹੜਾ ਤੁਹਾਡੇ ਪਿੰਡ ਦਾ ਬੰਦਾ ਉਹਨੇ ਗਾਲਾਂ ਨਹੀਂ ਕੱਢੀਆਂ ਹੈਗੀਆਂ ਯਾਰ ਤੂੰ ਮੇਰੇ ਵਾਲੇ ਕਰੈਕਟਰ ਚੱਕ ਲਿਆ ਮੇਰੀ ਵਾਲੀ ਲੁੱਕ ਬਣਾ ਲਈ ਕੱਢੀਆਂ ਸੀ ਗਾਹਾਂ ਦੇ ਕਾਹਦੇ ਨੇ ਕੱਢਦਾ ਕੱਢੀ ਜਾਵੇ ਸਸਤਾ ਸ਼ੌਕਰ ਬਣਾਉਣਾ ਬਾਬਾ ਦਾ ਰੋਟੀ ਜੋਗਾ ਕਰਦਾ ਤੂੰ ਅੱਛਾ ਲ ਚਲੋ ਉਹ ਵੀ ਕਿਹਦੇ ਦਿਖਾਵਾਂਗੇ ਬਾਈ ਹੋਰਾਂ ਦੇ ਪਿੰਡ ਦਾ ਉਹ ਵੀ ਭਾਗ ਹੋ ਗਈ ਤੇ ਬਾਈ ਫਿਰ ਜਿਵੇਂ ਇਹ ਜਿਹੜੀਆਂ ਜਿਵੇਂ ਥੋੜਾ ਕੈਰੈਕਟਰ ਦਿਖਾਇਆ ਜਾਂਦਾ ਅਸਲ ਜ਼ਿੰਦਗੀ ਦੇ ਵਿੱਚ ਅੰਦਰੋਂ ਵੀ ਦੀ ਆ ਉਵੇਂ ਦੀ ਕਿਰਦਾਰ ਰੱਖਦਾ ਜਾਂ ਉਹ ਤੋਂ ਵੱਖਰਾ ਹੈ ਜਾਂ ਉਹ ਤੋਂ ਉਲਟਾ ਬਿਲਕੁਲ ਨਹੀਂ ਸਵਾਤਾ ਘਰ ਉਹੀ ਆ ਯਾਰ ਜਿਹੜਾ ਫਿਲਮਾਂ ਚਿੰਦਾ ਉਹੀ ਆ ਸਵਾਤਾ ਹਾਂ ਸਵਾਤਾ ਉਹੀ ਰੱਖੀ ਦਾ ਮਾੜਾ ਮੋਟਾ ਪਰ ਇਹ ਨਹੀਂਗਾ ਵੀ ਉਹੀ ਵੀ ਵਿਆਹ ਵਾਸਤੇ ਭੱਜਾ ਫਿਰ ਜਾਂਦਾ ਐ ਬਸ ਪਹਿਰਾਵਾ ਉਹੀ ਦੇਸੀ ਆ ਪਹਿਰਾਵਾ ਦੇਸੀ ਗੱਲਾਂ ਵੀ ਦੇਸੀ ਗੱਲਾਂ ਵੀ ਦੇਸੀ ਜੋ ਰਹਿਣੀ ਦੇਸੀ ਆ ਬਈ ਪਿੰਡਾਂ ਦੀ ਰਹਿਣੇ ਯਾਰ ਪਹਿਰਾਵਾ ਖਾਣਾ ਪੀਣਾ ਦੇਸੀ ਅੱਛਾ ਤੇ ਬਈ ਇੱਕ ਇੱਕ ਸਵਾਲ ਹੁਣ ਇੱਕ ਜਿਹੜਾ ਅਸਲ ਲੋਕ ਜਿਹਦੇ ਨਾਲ ਇੰਟਰਵਿਊ ਦੇਖ ਕੇ ਜੁੜੇ ਆ ਕਿ ਉਹ ਦੇਖਦੇ ਆ ਕਿ ਯਾਰ ਯੂਟਿਊਬਰਾਂ ਕੋਲੇ ਪੈਸਾ ਬਹੁਤ ਹੁੰਦਾ ਫੇਸਬੁੱਕ ਜਿਹੜਾ ਚਰਾਂਦਾ ਉਹਦੇ ਕੋਲ ਪੈਸਾ ਬਹੁਤ ਹੁੰਦਾ ਇੱਕ ਵਾਰ ਕੈਮਰੇ ਸਾਹਮਣੇ ਸੱਚਾਈ ਦੱਸਿਓ ਕਿ ਯੂਟਿਊਬਰਾਂ ਕੋਲੇ ਕਿੰਨਾ ਕੁ ਪੈਸਾ ਕਿਹੜਾ ਖਜ਼ਾਨਾ ਐਸਾ ਹੁੰਦਾ ਜਿਹੜੇ ਉਹ ਕੋਠੀਆਂ ਮਹਿਲ ਦਿਨਾਂ ਦੇ ਵਿੱਚ ਬਣਾ ਲੈਂਦੇ ਮਿਹਨਤ ਆ ਬਈ ਬਣਦਾ ਪੈਸਾ ਮਿਹਨਤ ਕਰੋ ਕਹਿੰਦਾ ਵੀ ਉਹ ਲਗਾਓ ਪੈਸਾ ਦਾ ਯਾਰ ਬਈ ਬੰਦਾ ਪੈਸਾ ਉਗਾਉਣ ਨਾਲ ਚਾਹੁੰਦਾ ਆ ਕਹਿੰਦੇ ਨੇ ਵੀ ਮਿੱਟੀ ਧਰਤੀ ਜਿ ਸੌਂਦਾ ਹੈ ਨਾ ਇਹ ਧਰਤੀ 'ਚ ਕੰਮ ਕਰਾਂਗੇ ਮਿਹਨਤ ਕਰਾਂਗੇ ਫਸਲ ਲਗਾਵਾਂਗੇ ਜਿਹੜਾ ਵੀ ਕਿਸੇ ਕਿੱਤੇ ਨਾਲ ਜਿਹੜਾ ਹੈ ਮਿਹਨਤ ਕਰੂਗਾ ਤਾਂ ਉਹਦੇ ਪੈਸਾ ਆਬਵੀਅਸ ਹੈਗੀ ਹੈਗਾ ਫਿਰ ਬਈ ਛੋਟੀ ਛੋਟੀ ਨੀਅਤ ਹੋਣੀ ਹੈਗਾ ਬਈ ਕਿਆ ਬਾਤ ਚੌੜ ਝੂਠ ਬੋਲੀ ਯਾਰ ਅੱਛਾ ਇਹ ਕਾਰਨ ਕੀ ਹੈ ਬਈ ਯੂਟਿਊਬਰ ਪੇਮੈਂਟ ਨਹੀਂ ਦੱਸਦੇ ਹੁੰਦੇ ਕਿ ਕਿ ਅਸੀਂ ਐਨੇ ਰੁਪਏ ਬਣਾ ਰਹੇ ਨੇ ਕੋਈ ਕੋਈ ਵੀ ਨਹੀਂ ਦੱਸਦਾ ਲਾਸੀ ਦੱਸ ਦਿੰਨੇ ਬਈ 5 ਲੱਖ ਰੁਪਏ ਆਉਂਦੇ ਹੁੰਦੇ ਹਾਂ ਭਾਈ ਪਹਿਲੀ ਵਾਰ ਸੁਣ ਲਓ ਕਿ ਯੂਟਿਊਬਰ ਦੀ ਇੱਕ ਬੰਦੇ ਦੀ ਕਮਾਈ ਇੱਕ ਮਹੀਨੇ ਦੀ ਕਮਾਈ ਹਾਂ ਭਾਈ ਹਾਂ ਇੱਕ ਮਹੀਨੇ ਦੀ 5 ਲੱਖ ਰੁਪਈਆ ਕਮਾਈ ਆ ਹੁਣ ਤੈਨੂੰ ਦੱਸ ਦਾਂ ਬਈ ਜਿਹਨੇ ਅਸੀਂ ਬੱਚਾ ਐਡਾ ਦਿੰਨੇ ਆ ਵੀ ਰੰਮੀ ਸਰਕਲ ਵਾਲੀ ਹੋਗੀ ਫਲਾਣਾ ਹੋ ਗਿਆ ਗੇਮ ਮੰਗ ਵਾਲੀਆਂ ਹੋਗੀਆਂ ਅਸੀਂ ਪਹਿਲਾਂ ਕਹਿੰਿਆ ਵੀ ਵੀ ਦਰਸ਼ਕੋ ਇਹਦੇ ਮਗਰ ਨਾ ਲੱਗਿਓ ਹਮ ਇੱਕ ਫੇਕ ਗੇਮ ਆ ਇਹ ਅਸੀਂ ਲੈਨੇ ਆ ਬਾਈ 25-25000 ਰੁਪਈਆ ਲੈ ਲੈਨੇ ਅਸੀਂ 20-25-25000 ਲੈਨੇ ਆ ਬਾਈ ਹਾਂ ਇੱਕ ਵੀਡੀਓ ਦੇ ਵਿੱਚ ਹਾਂ ਕਿਆ ਬਾਤ ਹੈ 25 25000 ਪੈ ਲੈਨੇ ਪਰ ਅਸੀਂ ਆ ਪਿੱਛੇ ਕਹਿ ਦੇਨੇ ਆ ਤੁਹਾਨੂੰ ਪਤੇਰੇ ਫੋਨ ਕਰਦੇ ਨੇ ਬਾਈ ਇਹ ਗੇਮ ਚ ਪੈਸੇ ਲਾ ਦਿਆ ਇਸ ਨੇ ਨਾ ਲਾਈ ਗੂਏ ਅੱਜ ਤਾਂ ਪੱਛੇ ਪੈਸੇ ਲੈ ਤੇਰੇ ਨਾਲ ਤੋਂ ਤੂੰ ਨਾ ਲਾ ਦੀ ਗਤ ਬਹੁਤ ਕਮਾਲ ਦੀ ਗੱਲ ਆ ਬਾਈ ਅੱਜ ਪਹਿਲੀ ਵਾਰ ਕਿਸੇ ਯੂਟਿਊਬਰ ਨੇ ਫੇਮਸ ਯੂਟਿਊਬਰ ਨੇ ਮੇਰੇ ਕਹਲਣ ਪੰਜਾਬ ਦੇ ਸਭ ਤੋਂ ਟਾਪ ਦਾ ਬੰਦਾ ਹੋਊਗਾ ਇੰਦਰ ਤੇ ਉਹਨੇ ਦੱਸਿਆ ਕਿ ਕਮਾਈ ਫੇਸਬੁੱਕ ਯੂਟਿਊਬ ਤੋਂ ਕੱਲੀ ਕਿੰਨੀ ਕ ਆਉਂਦੀ ਹੈ ਕੱਲੀ ਕੱਲੀ ਯੂਟਿਊਬ ਤੋਂ ਕਮਾਈ ਹੈ ਹੈ ਕੱਲੀ ਯੂਟਿਊਬ ਤੋਂ ਕਮਾਈ ਹੈ ਹਾਂ ਯੂਟਿਊਬ ਵੀ ਦਿੰਦਾ ਬਾਈ ਜੀ ਫੇਸਬੁੱਕ ਵੀ ਦਿੰਦਾ ਸਾਰੇ ਕ ਮੈਨੂੰ YouTube ਤੇ ਵੀ ਆਈਦਾ ਫੇਸਬੁਕ ਤੇ ਵੀ ਆਈਦਾ ਬਈ ਅੱਛਾ ਤੇ ਦੇਖ ਲੋ ਬਾਈ ਇਹ ਸਚਾਈ ਆ ਕਿਉਂਕਿ ਕੋਈ ਵੀ YouTuber ਇਹ ਕਮਾਈ ਕਦੇ ਨਹੀਂ ਦੱਸਦਾ ਹੁੰਦਾ ਪਰ ਅਿੰਦਰ ਨੇ ਅੱਜ ਪਹਿਲੀ ਵਾਰ ਸਕਰੀਨ ਤੇ ਦੱਸਿਆ ਕਿੰਨੇ-ਨੇ ਕੇ ਰੁਪਏ ਬਣ ਜਾਂਦੇ ਆ ਤੇ ਹੁਣ ਹੁਣ ਦੱਸੀ ਕਿਉਂ ਆਈ ਬਈ ਬੱਚਲਾ ਬਈ ਅੱਧੀ ਗੱਲ ਪੁੱਛੀਏ ਕਿਉਂਕਿ ਇੱਥੇ ਲੋਕ ਬਹੁਤ ਲੋਕ ਨੇ ਜਰ ਕਦਾ ਜਰਾ ਧਾਰ ਜੀ ਗਲਤ ਲਾ ਲਈ ਫੇਰ ਇੱਕ ਵਾਰੀ ਪੈਰ ਤੇ ਵੱਜ ਜਾਂਦੀ ਹੈ ਤੇ ਮੈਂ ਤਾਂ ਦੱਸਿਆ ਕਮਾਈ ਵੀ ਜਿਹੜੇ ਸਾਡੇ ਨੌਜਵਾਨ ਮੁੰਡੇ ਨੇ ਬੇਲੇ ਤੁਰੇ ਫਿਰਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਕਮਾਈ ਦਾ ਸਾਧਨ ਨਹੀਂ ਅਸੀਂ ਬੇਲੇ ਆ ਯਾਰ ਅਸੀਂ ਕੰਮ ਨਹੀਂ ਕਰਦੇ ਕੀ ਕਰੀਏ ਯਾਰ ਸਰਕਾਰਾਂ ਨੌਕਰੀ ਨਹੀਂ ਦਿੰਦੀਆਂ ਹੈਗਾ ਮਤਲਬ ਕਿ ਸਾਡੀ ਮਿਹਨਤਾਂ ਮੁੱਲ ਨਹੀਂ ਮਿਲਦਾ ਮੈਂ ਇਹ ਗੱਲ ਕਹਿਣਾ ਬਈ ਤੁਸੀਂ ਫੇਸਬੁੱਕ ਹਰ ਇੱਕ ਬੰਦਾ ਚਲਾਉਂਦਾ ਅੱਜ ਯੂਟਿਊਬ ਹਰ ਇੱਕ ਬੰਦਾ ਚਲਾਉਂਦਾ ਦੇਖਦਾ ਵੀ ਹੈ ਫਿਰ ਕਿਉਂ ਨਾ ਬਈ ਇਹਨੂੰ ਇੱਧਰ ਵੀ ਫੇਸਬੁੱਕ ਤੇ ਯੂਟਿਊਬ ਤੇ ਵੀ ਇੱਧਰੋਂ ਕਮਾਈ ਲਓ ਬੇਲੇ ਕਿਉਂ ਰਹਿਣੋ ਬਈ ਤੁਸੀਂ ਕਿਉਂ ਸਰਕਾਰਾਂ ਉੱਪਰ ਡਿਪੈਂਡ ਹੁੰਨੇ ਆ ਸਹੀ ਗੱਲ ਹੈ ਸਹੀ ਗੱਲ ਨਹੀਂ ਦਿੰਦੀ ਆ ਠੀ ਜਿੰਨਾ ਬੇਰਜ਼ਗਾਰ ਬੰਦਾ ਹੈ ਉਹੀ ਬੰਦੇ ਨਸ਼ੇ ਵੇਚਦੇ ਨੇ ਭਾਈ ਸਹੀ ਆਪਾਂ ਕਹਿੰਦੇ ਨੇ ਵੀ ਨਸ਼ਾ ਸਾਡੇ ਪੰਜਾਬ ਚ ਨਸ਼ਾ ਆ ਗਿਆ ਨਸ਼ੇ ਦੇ ਦਰਿਆ ਵਗਦੇ ਨੇ ਮੈਂ ਜਿੱਦ ਤੱਕ ਮੇਰੀ ਸੋਚ ਹੈ ਨਸ਼ਾ ਕਿੱਥੋਂ ਆਇਆ ਜੇ ਇਨਸਾਨ ਬੇਲਾ ਤਾ ਹੋ ਕਹੂਗਾ ਵੀ ਮੈਂ ਕਿਉਂਕਿ ਹਰੇਕ ਬੰਦੇ ਦਾ ਏਮਾਨਾ ਨੇ ਯਾਰ ਵੀ ਮੈਂ ਵਧੀਆ ਗੱਡੀ ਲਵਾ ਵਧੀਆ ਮੋਬਾਈਲ ਲਵਾ ਮੇਰੀ ਜ਼ਿੰਦਗੀ ਵੀ ਆਮ ਇਨਸਾਨ ਵਰਗੀ ਵਧੀਆ ਹੋਵੇ ਰਚਨ ਸਰਚ ਹੋਵੇ ਫਿਰ ਉਹ ਆਉ ਕਿੱਥੋਂ ਜਾਂਦਾ ਬਾਈ ਉਹਨੂੰ ਕੋਈ ਨੌਕਰੀ ਚਾਹੀਦੀ ਹੈ ਜਾਂ ਫਿਰ ਬੈਕਗ੍ਰਾਉਂਡ ਤਕੜੀ ਚਾਹੀਦੀ ਹੈ ਤੇ ਜਾਂ ਫਿਰ ਬਾਈ ਉਹਨੇ ਸੁਪਨੇ ਸਕਾਰ ਕਰਨੇ ਗਲਤ ਕੰਮ ਕਰ ਰਹੇ ਨੇ ਬਿਲਕੁਲ ਠੀਕ ਹੈ ਹੁਣ ਜਿਹੜਾ ਬੰਦਾ ਬੇਲਾ ਯਾਰ ਉਹ ਕਿਤੇ ਨਾ ਕਿਤੇ ਫਿਰ ਦੇਖੂਗਾ ਵੀ ਫਲਾਣੇ ਬੰਦੇ ਨੇ ਯਾਰ ਗੱਡੀ ਲੈ ਲਈ ਯਾਰ ਉਹਨੇ ਕੋਲ ਮੋਬਾਈਲ ਵੱਡਾ ਯਾਰ ਉਹ ਸਾਲਾ ਬਲੈਕ ਕਰਦਾ ਦਾਰੂ ਦੀ ਉਹ ਫਲਾਣੇ ਦੀ ਬਲੈਕ ਕਰਦਾ ਧਮਕੇ ਦੀ ਫਿਰ ਉਹਨ ਉਹਨੂੰ ਕਰਦਾ ਕਰਦਾ ਫਿਰ ਜਿਹੜੀ ਚੀਜ਼ ਬੰਦਾ ਕਰਦਾ ਜਿਵੇਂ ਹੁਣ ਬਾਣੀਆਂ ਦੇ ਕਹਣਾ ਯਾਰ ਬਾਣੀਆਂ ਦਾ ਨਮਕੀਨ ਦਾਲ ਪੂਜੇ ਵੇਚਦਾ ਵੇਚਦਾ ਖਫਕਾ ਵੀ ਮਾਰ ਲੈਂਦਾ ਵਿੱਚੋਂ ਕਦੇ ਨਾ ਕਦੇ ਫਿਰ ਬੰਦਾ ਚੁੰਡੀ ਆਪ ਵੀ ਲਾ ਲੈਂਦਾ ਹਾਂ ਵੀ ਤਾਂ ਸਹੀ ਹੈ ਫਿਰ ਹੌਲੀ ਹੌਲੀ ਕਰਕੇ ਉਹ ਵੀ ਵੱਡ ਜਾਂਦਾ ਇਹ ਚ ਹੂੰ ਮੇਰੇ ਕਹਿਣ ਦਾ ਮਤਲਬ ਕੀ ਹੈ ਵੀ ਇੱਧਰ ਫੇਸਬੁੱਕ YouTube 'ਚ ਹਰ ਇੱਕ ਬੰਦਾ ਚਲਾਉਂਦਾ ਵੀ ਉਹ ਗਲਤ ਕੰਮ ਕਰਨ ਦੀ ਬਜਾਏ ਆ ਸਹੀ ਕੰਮ ਕਰ ਲਓ ਕਾ ਬਾ ਕਟੋ ਕਟ ਜਿਹੜਾ ਸੋਡੀ ਫਿਲਮ ਦੇਖਣ ਦੇ ਨਾਲ 10 ਕੰਮਾ ਬੰਦਾ ਮਨੋਰੰਜਨ ਕਰ ਲੂ 10 ਮਿੰਟ ਸਾਨੂੰ ਗਾਲਾਂ ਹੀ ਕੱਢ ਲੂ ਚੱਲ ਮਾਵਾ ਭੈਣਾਂ ਦੇ ਗਾਲਾਂ ਕੱਢ ਲਾਂ ਵੀ ਕੀ ਗੁੱਤ ਖੰਨਾ ਬੰਨੇਆ ਕੀ ਕਰਿਆ ਇਹ ਕਹਤੇ ਮੈਂ ਕਾ ਕਰਿਆ ਨਸ਼ੇ ਤਾਂ ਨਹੀਂ ਵੇਚੂਗਾ ਮੰਨ ਲੈ ਮੈਂ ਅਜੇ ਕੰਮ ਨਾ ਕਰਦਾ ਮੈਂ ਨਸ਼ੇ ਵੇਚਦਾ ਹੁੰਦਾ ਮੇਰੇ ਨਸ਼ੇ ਵੇਚੇ ਨਾਲ ਕਿਸੇ ਮਾਂ ਦਾ ਪੁੱਤ ਮਰ ਜਾਂਦਾ ਫਿਰ ਅਸੀਂ ਦੀ ਮਾਂ ਦਾ ਪੁੱਤ ਲਿਆਉਂਦੇ ਬਈ ਸਹੀ ਗੱਲ ਸਾਨੂੰ ਮਾਣ ਆ ਬੀ ਸਾਡੀਆਂ ਫਿਲਮਾਂ ਦੇਖਣ ਨਾਲ ਕਿਸੇ ਮਾਂ ਦਾ ਪੁੱਤ ਨਹੀਂ ਮਰਿਆ ਹੋਇਆ ਅਜੇ ਤੱਕ। ਬਾਈ ਗਾਲਾਂ ਬਾਈ ਤੁਹਾਨੂੰ ਵੀ ਬਹੁਤ ਪੈਂਦੀਆਂ ਨੇ ਕਮੈਂਟਾਂ ਦੇ ਵਿੱਚ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਗਾਲਾਂ ਆਉਂਦੀਆਂ ਨੇ। ਕਰੀ ਜਾਂਦੇ ਬਾਈ ਜੀ ਆਪਾਂ ਜੇ ਕਹੀਏ ਕਿ ਸਾਰੀ ਦੁਨੀਆ ਨੂੰ ਮਗਰ ਲਾ ਦਾਂਗੇ। ਨਹੀਂ ਲਾ ਸਕਦੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਸੇ ਨੂੰ ਕੁਝ ਕਹਿੰਦੇ ਤਾਂ ਨਹੀਂ। ਉਪਦੇਸ਼ ਹੀ ਦਿੰਦੇ ਨੇ ਨਾ। ਵਧੀਆ ਬਾਣੀ ਲਿਖੀ ਹੈ ਦੇ ਵਿੱਚ। ਲੋਕ ਤਾਂ ਮਹਾਰਾਜ ਦੇ ਪੱਤਰ ਅੰਗ ਪੜੀ ਜਾਂਦੇ ਨੇ। ਜਦੋਂ ਲੋਕ ਮਹਾਰਾਜ ਨੂੰ ਨੂੰ ਸਹੀ ਨਹੀਂ ਕਹਿੰਦੇ ਹੈਗੇ ਮਹਾਰਾਜ ਨੂੰ ਅੱਧੇ ਲੋਕ ਇਹ ਜਿਵੇਂ ਗੁਰੂ ਮਹਾਰਾਜ ਨੂੰ ਮ ਹੈਂ ਜਿਹੜੇ ਸਾਡੇ ਬਹੁਤ ਵੱਡੇ ਪੂਜਨੀ ਨੇ ਸਾਨੂੰ ਸੇਧ ਦਿੰਦੇ ਨੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਸੁਬਾ ਸਵੇਰੇ ਨਮਸਕਾਰ ਕਰਦੇ ਆਂ ਤੇ ਵਿੱਚ ਲਾਚੜੇ ਲੋਕ ਤਾਂ ਬਾਈ ਜੀ ਉਹਨਾਂ ਦਾ ਨਰਾਦਰ ਕਰੀ ਜਾਂਦੇ ਨੇ ਤੇ ਅਸੀਂ ਤਾਂ ਫਿਰ ਬਹੁਤ ਦੁਸ਼ਟ ਪ੍ਰਾਣੀਆਂ ਬਾਈ ਜੀ ਹੂੰ ਸਾਨੂੰ ਤਾਂ ਲੋਕ ਗਾਲਾਂ ਕੱਢਣਗੇ ਕਮਾਲ ਦੀ ਗੱਲ ਤੁਸੀਂ ਆਪ ਦੇਖ ਲਓ 30% ਲੋਕ ਅੱਜ ਹਰ ਰੋਜ਼ ਖਬਰ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਅਵੇਦਵੀ ਹੋ ਗਈ ਗੁਰੂ ਘਰ ਚ ਬੇਅਦਵੀ ਹੋ ਗਈ ਹੂੰ ਹੈ ਜਦੋਂ ਲੋਕ ਉਹਨਾਂ ਨੂੰ ਨਹੀਂ ਬਖਸ਼ਦੇ ਫਿਰ ਆਪਾਂ ਨੂੰ ਕਿੱਥੋਂ ਬਖਸ਼ਣਗੇ ਆਪਾਂ ਤਾਂ ਫਿਰ ਓਬਵੀਅਸ ਗੱਲਾਂ ਕੱਢਣਗੇ ਬਾਈ। ਕੀ ਬਾਤ ਹੈ। ਕਮਾਲ ਦੀ ਕਮਾਲ ਦੀ ਗੱਲ ਕਹੀ ਆ ਬਾਈ ਤੁਸੀਂ। ਤੇ ਬਾਈ ਹੁਣ ਮੰਨਦੇ ਹੂੰ ਕਿ ਅੰਦਰੋਂ ਉਬਲੰਦੀਆਂ ਤੇ ਹੈਗਾ ਜਾਂ ਹਲੇ ਕੋਈ ਐਸਾ ਸੁਪਨਾ ਹੈਗਾ ਜਿਹੜਾ ਹਲੇ ਵੀ ਸਹਾਰ ਕਰਨਾ ਪਿਆ। ਨਹੀਂ ਕਰਨਾ ਬਾਈ ਜੀ ਹਲੇ। ਕਿਹੜਾ ਸੁਪਨਾ ਪੁੱਟ ਸਕਦੇ? ਬਾਬਾ ਸੁੱਖ ਰੱਖੇ ਯਾਰ ਹੁਣ ਬੈਰੀ ਸੋਨੇ ਦੱਸਾਂਗੇ ਯਾਰ ਸਾਰਾ ਕੁਝ। ਅੱਛਾ। ਹਾਂ। ਪੜਾਕਾ ਹੀ ਪਾਵਾਂਗੇ। ਤੈਨੂੰ ਬੁਲਾਵਾਂਗੇ। ਚੱਲਦੇ ਸੈੱਟ ਤੇ ਤੈਨੂੰ ਇੰਟਰਵਿਊ ਤੇ ਬੁਲਾਵਾਂਗੇ। ਕੀ ਬਾਤ ਹੈ। ਠੀਕ ਹੈ। ਹੂੰ। ਇਹ ਟਰ ਫਿਲਮ ਕਰਨ ਜਾ ਰਹੇ ਸੀ ਉਹਨੂੰ ਕੀ ਬਾਤ ਆ ਬਈ ਇਹ ਵੀ ਨਵੀਂ ਅਨਾਉਂਸਮੈਂਟ ਸੁਣੋ ਦੋਇੰਦਰ ਦਇੰਦਰ ਕਹਿੰਦਾ ਇੱਕ ਫਿਚਰ ਫਿਲਮ ਵੱਡਾ ਬਲਾਸਟ ਕਰਾਂਗੇ ਤੇ ਲੱਗਦਾ ਕਿ ਉਹ ਮਾਲਦਾਰ ਛੜੇ ਵਰਗਾ ਹੋਇਆ ਲੱਗੇ ਤਾਂ ਅਲੱਗ ਜਮੀ ਸਾਡੇ ਪਿੰਡਾਂ ਨਾਲ ਜੁੜੀਆਂ ਜਮੀ ਧਰਤੀ ਜੁੜੀਆਂ ਗੱਲਾਂ ਕੀ ਬਾਤ ਹੈ ਠੀਕ ਹੈ ਉਹ ਬਣਾਵਾਂਗੇ ਜਮੀ ਸਾਡੇ ਤੁਹਾਨੂੰ ਐ ਲੱਗੂ ਨਾਲ ਹਸਾਵਾਂਗੇ ਤੇ ਨਾਲੇ ਤੁਹਾਨੂੰ ਪਿੰਡਾਂ ਦਾ ਮੈਸੇਜ ਦਿਖਾਵਾਂਗੇ ਵੀ ਰੀਤੀ ਰਿਵਾਜ ਕੀ ਸੀਗੀ ਸਾਰਾ ਕੁਝ ਦਿਖਾਵਾਂਗੇ ਜਾਣੀ ਉਹ ਇੱਕ ਸੁਪਨਾ ਤੇ ਉਹ ਸੁਪਨਾ ਸাকার ਕਰਨ ਜਾ ਰਹੇ ਹਾਂ ਜੀ 70 70 80 ਜਦੋਂ 60 ਸਾਲ ਪਹਿਲਾਂ 60 ਸਾਲ ਜ਼ਿੰਦਗੀ ਲੋਕਾਂ ਦੀ ਕਿਵੇਂ ਦੀ ਸੀਗੀ ਕਿਵੇਂ ਲੋਕ ਰਿਸ਼ਤਿਆਂ ਨੂੰ ਰੱਖਦੇ ਸੀਗੇ ਉਹ ਦਿਖਾਵਾਂਗੇ ਕੀ ਬਾਤ ਹੈ ਭਾਈ ਇੱਕ ਜਾਂਦੇ ਜਾਂਦੇ ਨਾ ਇੱਕ ਉਹੀ ਕੈਰੇਕਟਰ ਦੇ ਵਿੱਚ ਐਸਾ ਹੀ ਕੋਈ ਡਾਇਲੋਗ ਹੋਵੇ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾ ਦੋ ਡਾਇਲੋਗ ਦਾ ਕੀ ਹੁਣ ਮੇਰੇ ਸਾਣ ਕਾ ਮੇਰਾ ਵਿਆਹ ਨਹੀਂ ਕਰਾਉਂਦੇ ਮੈਂ ਤਾਂ ਹਾੜੇ ਕੱਢ ਕੱਢ ਤੱਕ ਗਿਆ ਦੱਸੇ ਨੂੰ ਅੱਛਾ ਹੋਰ ਮਾਦਾ ਕਹਿੰਦਾ ਭਾਈ ਦਾ ਸੱਤਾ ਸਾਲੀਆਂ ਨੇ ਬਾਈ ਬਣ ਕੇ ਮੇਰਾ ਚੁੱਲਾ ਚੱਲਦਾ ਹੋ ਜੂਗਾ ਯਾਰ ਰੋਟੀ ਪੱਕਦੀ ਹੋ ਜੂ ਮੇਰੀ ਹੈ ਛੜੇ ਛੜਾ ਕੇ ਮਦੇ ਦਾ ਕੰਮ ਬਲਦ ਵਾਲਾ ਹੁੰਦਾ ਯਾਰ ਹੈ ਜਦੋਂ ਤੱਕ ਨੈਣ ਪ੍ਰਾਂਤ ਚੱਲਦੇ ਨੇ ਉਹਦੇ ਗੱਡੇ ਚ ਜੁੜਦਾ ਉਦੋਂ ਤੱਕ ਤਾਂ ਉਹਨੂੰ ਲੈ ਕੇ ਐਨ ਪਚਕਾਰ ਕੇ ਰੱਖਦੇ ਨੇ ਵੀ ਨਹੀਂ ਇਹ ਤਾਂ ਜਦੋਂ ਭਾਈ ਥੋੜਾ ਜਿਹਾ ਮੌਲਾ ਹੋ ਜਾਂਦਾ ਫਿਰ ਡੰਡਾ ਮਾਰਦੇ ਨੇ ਕਹਿੰਦੇ ਨੇ ਚੱਲ ਬਈ ਗਲੀ ਹੁਣ ਭਾਗੂ ਕੀ ਹੈ ਹੁਣ ਤਾਂ ਹਾਲੇ ਤਾਂ ਜਵਾਨੀ ਆ ਭਾਈ ਹਾਲੇ ਤਾਂ ਲੱਭਦੇ ਆ ਨਾ ਭਾਗ ਭਾਗੂ ਦੀ ਜਿਹੜੇ ਫਿਲਮਾਂ ਚ ਕਰੈਕਟਰ ਆ ਉਹ ਕੀ ਆ ਸਮਝਦੇ ਨਹੀਂ ਮੈਂ ਗੱਲ। ਉਹ ਬੜਾ ਹੋ ਗਿਆ। ਮੈਨੂੰ ਯਾਰ ਪੰਜਾਬੀ ਸਮਝ ਆ ਬਈ ਆਇਆ ਮੈਨੂੰ ਇਹ ਨਹੀਂ ਗੱਲਾਂ ਹੁੰਦੀ ਮੈਂ ਤਾਂ ਪਿੰਡਾਂ ਵਾਲਾ ਬੰਦਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਫਿਲਮਾਂ ਦੇ ਵਿੱਚ ਜਿਹੜਾ ਭਾਗੂ ਆ ਉਹ ਕੀ ਆ ਹੁਣ? ਉਹ ਮੌਲਾ ਬੁढ़ा ਹੈਗਾ ਜਾਂ ਹਾਲੇ ਨੌਜਵਾਨ ਪਿਆ? ਹਜੇ ਤਾਂ ਵਧੀਆ ਬੈੜਕਾ ਹੋ। ਵਧੀਆ ਬੈੜਕਾ ਪਿਆ। ਲਾਹੌਰ ਹਣਾ। ਹਜੇ ਤਾਂ ਮਾਰ ਦਾ ਟਬੂਸੀਆਂ ਬੈੜਕਾ ਉਹੀ ਤਾਂ ਉਹੀ ਤਾਂ ਡਾਰਾ ਉਹਨੂੰ। ਵੀ ਜੇ ਕਿਤੇ ਮੈਂ ਬੁढ़ा ਹੋ ਗਿਆ। ਬੜੇ ਹੋਣ ਤੋਂ ਬਾਅਦ ਬਈ ਮੇਰੀ ਕਦਰ ਹੀ ਨਹੀਂ ਕਰਨੀ ਕਿਸੇ ਨੇ। ਸਹੀ ਗੱਲ ਆ। ਹੈ? ਉਹਨੂੰ ਜ਼ਮੀਨ ਨੌਕਰਾ ਜ਼ਮੀਨ ਨੌਕਰਾ ਦੂੰਗਾ ਵੀ ਚੱਕ ਪਾਈ ਜ਼ਮੀਨ ਲੈ ਲਓ ਕਿ ਭਾਗੂ ਦਾ ਜਦੋਂ ਅਖੀਰਲੇ ਪਾਠ ਹੋਣਗੇ ਵਿਆਹ ਬੂ ਹੋ ਜਾਊਗਾ ਸੋਚਿਆ ਕੁਝ ਵਿਆਹ ਬੂ ਦਾ ਭਾਗੂ ਨੇ ਜਾਂ ਹਲੇ ਬਣਨਾ ਹੀ ਨਹੀਂ ਵਿਹੜਾ ਕੰਡਾ ਨਿਕਲ ਨਹੀਂ ਨਿਕਰਾ ਦਾਂਗੇ ਭਾਈ ਹੋ ਜਾਊਗਾ ਹੂੰ ਦੇਖ ਦੇਖਾ ਉਹੇ ਕਰਾ ਲਾਂਗੇ ਤੇ ਬਾਈ ਸਮਾਂ ਦਿੱਤਾ ਪਹਿਲਾਂ ਤਾਂ ਇੰਟਰਵਿਊ ਖਤਮ ਕਰਨ ਦਾ ਸਾਡਾ ਸਮਾਂ ਨਹੀਂ ਸਾਡਾ ਦਿਲ ਨਹੀਂ ਕਰ ਰਿਹਾ ਸਮਾਂ ਦਿੱਤਾ ਸਾਨੂੰ ਬਹੁਤ ਬਹੁਤ ਮਿਹਰਬਾਨੀ ਅੰਦਰ ਬਾਈ ਧੰਨਵਾਦ ਤੁਹਾਡਾ ਧੰਨਵਾਦ ਤੇਰਾ ਮੈਂ ਤਾਂ ਖੇਤੋਂ ਲੇਟ ਕਰਾਦਾ ਬੰਦਾ ਪਰਸੀਨ ਲੈਣੀ ਪੱਢ ਗਏ ਅੱਛਾ ਬਾਈ ਇੰਟਰਵਿਊ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇ ਯਾਰ ਵੱਖਰੇ ਤਰੀਕੇ ਦੀ ਇੰਟਰਵਿਊ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੰਦਰ ਨੇ ਜਾਨੀ ਭਾਗੂ ਨੇ ਵੀ ਬਹੁਤ ਵੱਖਰੀਆਂ ਵੱਖਰੀਆਂ ਦਿਲ ਦੇ ਜਜ਼ਬਾਤ ਅੱਜ ਪਹਿਲੀ ਵਾਰ ਇੰਟਰਵਿਊ ਦੇ ਵਿੱਚ ਫਰੋਲੇ ਆ ਇੰਦਰਜੀਤ ਦੀ ਜਾਨੀ ਭਾਗੂ ਦੀ ਮਾਤਾ ਹੋਰੀ ਸਾਡੇ ਨਾਲ ਮੌਜੂਦ ਨਹੀਂ ਗੱਲਾਂ ਤਾਂ ਇੰਦਰ ਦੀਆਂ ਨਿੱਜੀ ਜ਼ਿੰਦਗੀ ਦੀਆਂ ਬਹੁਤ ਹੋ ਗਈਆਂ ਉਹਨਾਂ ਦੀ ਮਾਤਾ ਹੋਰਾਂ ਨਾਲ ਗੱਲਬਾਤ ਕਰਦੇ ਮਾਤਾ ਜੀ ਸਤਿ ਸ੍ਰੀ ਅਕਾਲ ਠੀਕ ਹਾਂ ਸਤਿ ਸ੍ਰੀ ਅਕਾਲ ਬੇਟੇ ਠੀਕ ਹਾਂ ਹਾਂ ਬੇਟੇ ਅੱਛਾ ਕਿਵੇਂ ਲੱਗਦਾ ਹੈ ਇੰਦਰ ਜਿਵੇਂ ਬਾਈ ਹੋਰਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਗਰੀਬੀ ਸੀ ਬਹੁਤ ਸਾਡੇ ਘਰ ਬਹੁਤ ਜ਼ਿਆਦਾ ਸੀ ਬੁੱਤਾ ਬਹੁਤ ਜ਼ਿਆਦਾ ਸੀ ਪਾਣੀ ਖੜ ਜਾਂਦਾ ਸੀ ਘਰ 'ਚ ਬਹੁਤ ਖੜਦਾ ਸੀ ਬੇਟੇ ਮੈਂ ਤਾਂ ਹੁਣ ਮੈਨੂੰ ਗੱਲ ਹੋ ਰਹੀ ਅੱਛਾ ਹਾਂ ਤੇ ਅੱਜ ਤੁਸੀਂ ਇੰਦਰ ਨੂੰ ਦੇਖਦੇ ਹੋ ਕਿਵੇਂ ਦੇਖਦੇ ਹੋ ਮਾਣ ਮਹਿਸੂਸ ਹੁੰਦਾ ਮੇਰਾ अच्छा कदे सोचया सीगा के इंद्र ਨੇ ਜਦੋਂ ਸ਼ੁਰੂਆਤ ਕੀਤੀ ਸੀ ਬਾਈ ਮੈਨੂੰ ਦੱਸਦਾ ਕਹਿੰਦਾ ਮੇਰੇ ਗਾਲਾਂ ਬਹੁਤ ਪੈਂਦੀਆਂ ਹੁੰਦੀਆਂ ਮੇਰੀ ਮਾਤਾ ਤੋਂ ਲੋਕ ਬਹੁਤ ਮਿਹਣੇ ਦਿੰਦੇ ਸੀ ਬਥੇਰਾ ਕੁਛ ਕਹਿੰਦੇ ਤੇ ਪਤਾ ਕੀ ਕੀ ਕਹਿੰਦੀ ਸੀ ਲੋਕ ਬਥੇਰਾ ਕੁਛ ਕਹਿੰਦੇ ਤੇ ਪਤਾ ਜੇ ਅੰਦਰ ਪਾਣੀ ਵਰਦਾ ਸੀ ਹਮ ਫਿਰ ਇੱਕ ਮੈਨੂੰ ਆ ਕੇ ਕਹਿੰਦੀ ਜਨਾਨੀ ਆ ਕੇ ਬਾੜ ਚ ਖੜ ਕੇ ਕਹਿੰਦੀ ਸਰੋਵਰ ਬਣ ਗਿਆ ਨਹਾਉਣ ਵਾਲਾ ਬੇੜੇ ਚ ਜਦੋਂ ਮੀਂਹ ਪੈਂਦਾ ਪਾਣੀ ਆਉਂਦਾ ਨਾ ਅੰਦਰ ਹਮ ਕਹਿੰਦੇ ਸਰੋਵਰ ਬਣ ਗਿਆ ਨਹਾਉਣ ਵਾਲਾ ਮੈਂ ਕਹਿੰਦੀ ਕੋਈ ਨਾ ਪੈਣਾ ਲਾਂਗੇ ਠੀਕ ਹੈ ਜਦੋਂ ਫੇਰ ਕਹਿ ਰੰਦੀ ਆ ਮੱਛੀ ਫਾਰਮ ਹੋ ਗਿਆ ਸੋਡੇ ਤਾਂ ਅੰਦਰ ਫਿਰ ਵੀ ਕਹਿੰਦੇ ਠੀਕ ਹੈ ਭਾਈ ਪਰ ਆਪਾਂ ਨੇ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਿਆ ਤੀ ਕਦੇ ਵੀ ਪ੍ਰਮਾਤਮਾ ਤੂੰ ਹੀ ਸਾਡੀ ਲਾਜ ਰੱਖੇਗਾ ਤੂੰ ਹੀ ਸਾਨੂੰ ਦੇਵੇਂਗਾ ਜਦੋਂ ਇੰਦਰ ਨੇ ਫਲਮਾਂ 'ਚ ਕੰਮ ਕਰਨਾ ਸਟਾਰਟ ਕੀਤਾ ਸ਼ੁਰੂ ਕੀਤਾ ਤਾਂ ਲੋਕਾਂ ਦੇ ਵੱਲੋਂ ਕੀ ਕੀ ਆਖਿਆ ਗਿਆ ਸੀ ਬੇਟਾ ਦੁਨੀਆ ਤਾਂ ਹੁਣ ਕਿਹੜਾ ਮੂੰਹ ਫੜਿੰਦਾ ਕੋਈ ਕੁਛ ਬੋਲਦਾ ਤੇ ਕੋਈ ਕੁਛ ਬੋਲਦਾ ਮੈਨੂੰ ਬਾਈ ਦੱਸਦਾ ਸੀ ਕਹਿੰਦਾ ਅੱਖਾਂ 'ਚੋਂ ਹੰਝੂ ਵੀ ਕਢਾ ਦਿੰਦੇ ਸੀ ਮੇਰਾ ਬਹੁਤ ਕੁਝ ਨਿਕਲਦਾ ਸੀ ਫੇਟਾ ਮੈਂ ਤਾਂ ਮੇਰੇ ਹਰ ਦਿਨ ਤੀ ਮੈਂ ਹਰਾਏ ਦਿੱਤੀ ਗੱਲਾਂ ਨੇ ਗੱਲਾਂ ਹਰਾਉਂਦੀ ਆ ਸੀ ਹਾਂ ਗੱਲਾਂ ਹਰਾਉਂਦਿਆਂ ਤੇ ਕਹਿੰਦੇ ਸੀ ਮੁੰਡਾ ਕੰਜਰ ਬਣ ਗੇ ਬਹੁਤ ਕੁਝ ਕਹਿੰਦੇ ਤੇ ਬੇਟੇ ਹਾਂ ਇਹ ਮੁੰਡਾ ਲਾਥ ਹੋ ਗਿਆ ਇਹ ਕੰਜਰ ਹੋ ਗਿਆ ਇਹ ਮੁੰਡਾ ਐ ਫਿਰਦਾ ਇਹ ਮੁੰਡਾ ਐ ਫਿਰਦਾ ਮੈਂ ਕਹਿੰਦੀ ਕੋਈ ਨਾ ਭਾਈ ਫਿਰਦਾ ਮੇਰਾ ਫਿਰਦਾ ਤੁਨ ਤਾਂ ਕੋਈ ਉਹਨੇ ਮਾ ਦੇ ਮਾਤਾ ਨਹੀਂ ਕਹਿ ਸਕਦੀ ਵੀ ਫਿਰਦਾ ਕਦੇ ਸਮਝਾਇਆ ਸੀ ਇੰਦਰ ਨੂੰ ਬਿਠਾ ਕੇ ਵੀ ਇਹ ਕੰਮ ਨਾ ਕਰਿਆ ਕਰ ਬੇਟਾ ਸਮਝਾ ਵੀ ਜਾਂਦੀ ਦੀ ਚਲ ਥੋੜਾ ਜਆ ਗੱਲ ਕਰੋ ਵੀ ਮੈਨੂੰ ਪਹਿਲੇ ਦਿਨ ਤੁਸੀਂ ਸਾਡੇ ਪਰਿਵਾਰ ਵੱਡਾ ਤੇ ਦਬਾਟ ਆਈ ਹੋਈ ᱛੀ ਮੈਨੂੰ ਦਬਾਓ ਹੀ ਠਾਈ ਹੋਈ ᱛੀ ਮੈਂ ਮੈਂ ਬਹੁਤ ਢਿਕਟ ਹੁੰਦੀ ਅੱਛਾ ਹਾਂ ਫਰਿੰਦਰ ਜੀ ਮੇਰਾ ਟੁੱਟਕੇ ਕਹਨੂੰ ਗੱਲ ਜੀ ਨਹੀਂ ਕਰਦਾ ਤੇ ਇਹਨੂੰ ਵੀ ਮੈਂ ਗੱਲ ਕੋਈ ਕਹਾ ਕੀ ਬਸ ਹਾਂ ਵੀ ਕਿਤੇ ਮੇਰੇ ਬੱਚੇ ਨੂੰ ਕਿਤੇ ਗੁੱਸਾ ਨਾ ਆ ਜਾਏ ਕਿਤੇ ਕੋਈ ਅਫਦਾਨਾ ਕੁਝ ਕਰ ਲੇ ਜੇ ਮੈਂ ਬੋਲ ਪੀ ਬਸ ਮੈਨੂੰ ਐਂ ਜਿਆਦਾ ਡਰ ਹੁੰਦਾ ਥੇ ਮਤ ਜੀ ਉਹ ਗੱਲ ਵੀ ਹੋਈ ਸੀ ਜੇ ਮਾਈ ਮੈਨੂੰ ਦੱਸਦਾ ਸੀ ਸਾਡੇ ਪਿਤਾ ਜੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਕਹਿੰਦੇ ਉਦੋਂ ਗੁਜ਼ਰ ਗਏ ਸੀ ਫਿਰ ਬਹੁਤ ਮਿਹਨਤ ਕਰਕੇ ਸਾਡੀ ਮਾਂ ਨੇ ਮੈਨੂੰ ਪਾਲਿਆ ਸਪਨੇ ਕੀ ਕੀ ਸੀ ਉਹਦੋਂ ਇੰਦਰ ਨੂੰ ਕੀ ਬਣਿਆ ਦੇਖਣਾ ਚਾਹੁੰਦੇ ਸੀ ਇੰਦਰ ਨੂੰ ਐਂ ਦੇਖਦੇ ਤੇ ਪੁੱਤ ਵੀ ਕਦੇ ਕੋਈ ਜੇ ਉੱਠੇ ਤਾਂ ਮੜਾ ਮੋਟਾ ਬਦ ਉੱਤਾ ਚੱਕੇ ਤਾਂ ਕੋਈ ਸਾਡੇ ਘਰ 'ਚ ਖੁਸ਼ੀ ਆਵੇ ਕੋਈ ਅਸੀਂ ਐਂ ਦੇਖੀਏ ਵੀ ਹਾਂ ਭਾਈ ਅਸੀਂ ਵੀ ਲੋਕਾਂ ਵਾਂਗੂ ਰਹਨੇ ਆ ਬਸਦੇ ਐ ਸੋਚਦੇ ਸੋ ਅੱਛਾ ਹਾਂ ਤੇ ਕੀ ਮੰਨਦੇ ਹੋ ਅੱਜ ਜਿਹੜੇ ਇੰਦਰ ਨੇ ਬਹੁਤ ਬਲੰਦੀਆਂ ਨਿਸ਼ੂਰੀਆ ਪੰਜਾਬ 'ਚ ਨਾਮ ਵਧੀਆ ਤੇ ਇਸ ਦੁਨੀਆ 'ਚ ਵਧੀਆ ਪੁੱਤ ਉਹ ਮੇਰੇ ਬਹੁਤ ਅੰਤਕਾਰ ਖੁਸ਼ ਹੈ ਖੁਸ਼ ਹਾਂ ਹਾਂ ਹੁਣ ਮੈਂ ਪੂਰੀ ਖੁਸ਼ ਹਾਂ ਅੱਛਾ ਹਾਂ ਹੁਣ ਮੈਨੂੰ ਆਇਆ ਜਦੋਂ ਮੇਰੇ ਬੇਟੇ ਦੇ ਵੀ ਲੋਕ ਆਏ ਗੱਲਾਂ ਕਹਿੰਦੇ ਨੇ ਵੀ ਐਂ ਕਰਦਾ ਐ ਏਡੇ ਏਡਿਆਂ ਦੂਰ ਦੂਰ ਗੱਲਾਂ ਹੁੰਦੀਆਂ ਨੇ ਦੂਰ ਦੂਰ ਦੀਆਂ ਖਬਰਾਂ ਸੁਣਦਿਆਂ ਵੀ ਉਦੋਂ ਮੇਰਾ ਮਨ ਖੁਸ਼ ਹੁੰਦਾ ਖੁਸ਼ ਹੁੰਦਾ ਹਾਂ ਅੱਛਾ ਤੇ ਮਾਤਾ ਜੀ ਅੰਦਰ ਜੇ ਮੈਂ ਸੁਭਾਅ ਦੀ ਗੱਲ ਕਰਾਂ ਅੰਦਰ ਦਾ ਸੁਭਾਅ ਕਿਵੇਂ ਦਾ ਸਵਾਥ ਠੀਕ ਹੈ ਬੇਟਾ ਮੇਰੇ ਲਈ ਠੀਕ ਨਾ ਨਾ ਮੇਰੇ ਨਾਲ ਕੋਈ ਗੁੱਸੇ ਨਹੀਂ ਹੁੰਦਾ ਚਲੋ ਉਹ ਬੱਚਿਆਂ ਦੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਉਹ ਤੁਹਾਨੂੰ ਕਿਹੜਾ ਗਰਮੈਸ ਨਹੀਂ ਆਉਂਦੀ ਹੋਊਗੀ ਕਦੇ ਠੀਕ ਹੈ ਨਾ ਵੀ ਆਏ ਕੋਈ ਨਾ ਹੋ ਕਿੰਨੇ ਬੱਚੇ ਨੇ ਪਤਾ ਹੀ ਤੁਹਾਡੇ ਮੇਰੇ ਬੱਚੇ 4 ਨੇ ਬੇਟੇ ਅੱਛਾ ਹਾਂ ਤਿੰਨ ਗੁੱਡੀਆਂ ਨੇ ਅੱਛਾ ਇਕੱਲੇ ਇੰਦਰ ਇੱਕ ਬੇਟਾ ਹਾਂ ਅੱਛਾ ਇੰਦਰ ਤਿੰਨ ਭੈਣਾਂ ਦਾ ਭਰਾ ਹੈ ਇਕੱਲਾ ਹਾਂ ਜੀ ਹਾਂ ਬਈ ਕੀ ਪਤਾ ਯਾਰ ਤੇ ਮਾਤਾ ਜੀ ਲੱਗਿਆ ਸੀਗਾ ਕਿ ਜ਼ਿੰਦਗੀ ਬਹੁਤ ਕੱਲਿਆ ਨੇ ਤੁਸੀਂ ਤਿੰਨ ਭੈਣਾਂ ਨੇ ਤਿੰਨ ਭੈਣਾਂ ਦੀ ਕਬੀਲਦਾਰੀ ਕਲੈਂਦਰ ਦੇ ਸਰਤੇ ਸੀ ਇਹ ਕੱਲ ਦੇ ਇਹਦੇ ਸਰਤੇ ਦੀ ਬਤ ਅੱਛਾ ਹਾਂ ਤੇ ਕਿਆ ਬਾਤ ਹੈ ਇੱਕ ਗੁੱਡੀ ਆਪਣੀ ਕੁਮਾਰੀ ਸੀ ਜਦੋਂ ਇਹਨਾਂ ਦਾ ਡੈਡੀ ਗੁਜਰਾਤੀ ਅੱਛਾ ਫਿਰ ਉਹਨੇ ਇਹਨੇ ਆਪ ਦਾ ਆਪ ਕਰਿਆ ਕੁੜੀ ਦਾ ਕਰਿਆ ਹਾਂ ਜੀ ਫਿਰ ਇਹਨੇ ਬਹੁਤ ਵਧੀਆ ਕਰਿਆ ਘਟਿਆ ਨਹੀਂ ਕਰਿਆ ਆਪਣੇ ਬਾਪ ਨੂੰ ਦੋ ਪੈਸੇ ਜ਼ਿਆਦੇ ਲਾਏ ਨੇ ਘਟ ਨਹੀਂ ਲਾਏ ਵੀ ਮੈਨੂੰ ਕੋਈ ਐ ਨਾ ਕਹਦੇ ਵੀ ਮੇਰੇ ਪਰ ਬਾਪ ਨਹੀਂ ਹਾਇ ਸਿਰਫ ਤੇ ਮੇਰੀ ਭੈਣ ਦੇ ਮਨ ਚ ਨਾ ਜਾਵੇ ਵੀ ਵੀ ਜੇ ਮੇਰੇ ਪਿਓ ਹੁੰਦਾ ਖਾ ਉਹਨੇ ਮੈਨੂੰ ਕੀ ਕੁਸ ਦੇ ਦਿੰਦਾ ਹੂੰ ਠੀਕ ਹੈ ਨਾ ਹੂੰ ਤੇ ਮੈਂ ਤਾਂ ਮੈਂ ਸਵਾਰ ਫੇਰ ਉਹ ਹੀ ਦੁਬਾਰੇ ਕਰਨਾ ਚਾਹੂੰਗਾ ਕਿ ਪਿੰਡ ਵਾਲਿਆਂ ਨੇ ਕਿਹੜੀਆਂ ਕਿੜੀਆਂ ਤੂਮ ਤਾਂ ਲਾਈਆਂ ਸੀ ਆ ਕੇ ਜਦੋਂ ਇੱਕ ਮੁੰਡਾ ਜਦੋਂ ਨੌਕਰੀ ਪੜ੍ਹ ਲਿਖ ਗਿਆ ਜਿਵੇਂ ਬਾਈ ਦੱਸ ਸਕਿਆ ਕਿ ਮੈਂ ਚੰਡੀਗੜ੍ਹ ਪੜ੍ਹਿਆ ਪੜ੍ਹ ਲਿਖ ਕੇ ਵੀ ਵਿਹਲਾ ਫਿਰਦਾ ਰਿਆਂ ਲੋਕਾਂ ਨੇ ਅੱਖਾਂ ਨਹੀਂ ਕਿ ਕੰਮ ਲਾ ਦੂੰ ਇਹਨੂੰ ਕਿਸੇ ਬਥੇਰਾ ਕੁਛ ਕਹਿੰਦੇ ਤੇ ਬੇਟੇ ਕਹਿੰਦੇ ਤੇ ਕਹਿੰਦੇ ਵੀ ਇਹ ਐਂ ਫਿਰ ਨਹੀਂ ਜਾਊਗਾ ਕੁਛ ਲਿਆਉਂਦਾ ਘਰੇ ਇੱਕ ਨਹੀਂ ਲਿਆਉਂਦਾ ਹਾਂ ਕਹਿ ਵੀ ਦਿੰਦੇ ਤੇ ਬਥੇਰੇ ਮੈਂ ਕਹਿੰਦੀ ਭਾਈ ਜੇ ਆਉਂਦਾ ਤਾਂ ਹੀ ਖਾਣਾ ਅੱਛਾ ਹਾਂ ਵੀ ਇਹ ਐਂ ਫਿਰ ਆਂਦਾ ਹੈ ਇਹ ਵਿਹਲਾ ਰਹਿੰਦਾ ਹੈ ਸਾਡੇ ਸਰੀਕ ਵੀ ਕਹਿੰਦੇ ਤੇ ਬੇਟੇ ਹੋਰ ਤਾਂ ਗੱਲਾਂ ਨੇ ਗੱਲਾਂ ਨੇ ਆਪਦੇ ਵੀ ਕਹਿਣ ਲੱਗੇਗਾ ਆਪਦੇ ਵੀ ਕਹਿਣ ਲੱਗੇ ਕੀ ਬਾਤ ਹੈ ਇਹ ਅੰਦਰ ਹੋਰਾਂ ਦੀ ਜ਼ਿੰਦਗੀ ਦਾ ਪੱਖ ਹੈ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਬੰਦਾ ਕਿੱਥੋਂ ਉੱਠਿਆ ਤੇ ਅੱਜ ਕਿੱਥੇ ਆ ਮਕਸਦ ਇੰਟਰਵਿਊ ਦਾ ਮੋਟੀਵੇਸ਼ਨਲ ਕੱਢਿਓ ਕਿ ਇੱਕ ਯੂਟਿਊਬਰ ਪੰਜਾਬ ਦਾ ਕਹਿੰਦਾ ਕਹਾਉਂਦਾ ਉਹ ਕਿੱਥੋਂ ਸ਼ੁਰੂਆਤ ਕਰਦਾ ਤੇ ਕਿੱਥੇ ਜਾ ਕੇ ਉਹ ਸਟੈਂਡ ਕਰਦਾ ਤੇ ਫਿਰ ਦੁਸ਼ ਦੁਨੀਆ ਦੇ ਵਿੱਚ ਨਾਂ ਗੂੰਜਦਾ ਤੇ ਮਾਂ ਦੇ ਜਜ਼ਬਾਤ ਕਿਵੇਂ ਦੇ ਹੁੰਦੀ ਆ ਬਹੁਤ ਸਾਰੇ ਬਾਈ ਦੱਸਦੇ ਆ ਕਿ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਮਾਤਾ ਦੀਆਂ ਅੱਖਾਂ 'ਚੋਂ ਮੇਰੀਆਂ 'ਚੋਂ ਲੋਕ ਹੰਝੂ ਕਢਾ ਦਿੰਦੇ ਸੀ ਇਹ ਕਹਿੰਦੇ ਸੀ ਇਹ ਲੋਫਰ ਹੋ ਗਿਆ ਇਹ ਵਿਲਾ ਫਿਰਦਾ ਪਿਓ ਸਿਰਤੇ ਨਹੀਂ ਹੈਗਾ ਇਸ ਤਰੀਕੇ ਦੇ ਕੰਮ ਕਰਦਾ ਤਾਂ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੇ ਪੱਖ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਮੋਟੀਵੇਸ਼ਨਲ ਇੱਕ ਇੰਟਰਵਿਊ ਸੀ ਕਿ ਤਨੇ ਕਦੇ ਬਾਈ ਯਾਰ ਜੇ YouTube ਨਾ ਹੁੰਦਾ ਅਸੀਂ ਧੰਨਵਾਦ ਮੰਨਦੇ ਆ ਬਾਈ ਅਮਰੀਕਾ ਵਰਗੇ ਦੇਸ਼ ਦਾ ਨਾ ਜਿਹਨੇ ਸਾਡੇ ਬੇਰੇ ਬੇਲਣ ਬੰਦੇ ਨੇ ਬੇਰੇ ਜੀ ਗੱਡੀ ਤੋਂ ਕੱਢ ਕੇ ਰਜਾਰ ਦਿੱਤਾ ਜੇ ਕਿਤੇ YouTube ਵਗੈਰਾ ਜਾਂ Facebook ਵਗੈਰਾ ਨਾ ਹੁੰਦੇ ਅਸੀਂ ਤਾਂ ਕਹਿੰਨੇ ਗੱਲ ਵੀ ਕਿਤਨੇ ਕਦੇ ਅਸੀਂ ਜਦਾਂ ਮਰ ਜਾਂਦੇ ਕਿਉਂਕਿ ਮੈਂ ਤੋਂ ਮੇਰੇ ਘਰ ਦੇ ਦੁੱਖ ਚੰਦੇ ਨਹੀਂ ਆਣਾ ਸੀ ਜਾਂ ਬਾਈ ਘਰ ਮੈਂ ਕਿਤੇ ਨਾ ਕਿਤੇ ਨਸ਼ੇ ਨੂੰ ਚੇ ਵੇਚਦਾ ਫਿਰਦਾ ਮੈਂ ਤਾਂ ਧੰਨਵਾਦ ਮੰਨਦਾ ਬਾਈ YouTube ਦਾ Facebook ਦਾ ਜਿਨ੍ਹਾਂ ਨੇ ਐਡਾ ਵੱਡਾ ਪਲੇਟਫਾਰਮ ਬਣਾਇਆ ਤੇ ਸਾਨੂੰ ਆਲੇ ਦਾ ਰਜ਼ੀਗਾਰ ਲਾਤਾ ਹੁਣ ਸਾਨੂੰ ਕੋਈ ਦੁੱਖ ਨਹੀਂ ਸਾਨੂੰ ਸਰਕਾਰ ਨੌਕਰੀ ਦੇਵੇ ਨਾ ਦੇਵੇ ਸਾਨੂੰ ਪਤਾ ਸੀ ਰੋਜ਼ੀ ਰੁਪਈ ਕਮਾਏ ਲੈਣੀ ਹੁਣ ਕੀ ਬਾਤ ਹੈ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਭਾਈ ਅੰਦਰ ਉਮੀਦਾਂ ਗੱਲਬਾਤ ਪਸੰਦ ਆਈ ਹੋਗੀ ਜੁੜੇ ਰਹੋ ਘੈਂਟ ਪੰਜਾਬੀ ਦੇ ਨਾਲ ਬਾਤ ਬਾਤ ਧੰਨਵਾਦ